हाँ जी दोस्तों, की हाल है? ठीक हो? असी शौकरवार से तुहानू उस्ताद खलीफा नुमान भट्ट साहब सियालकोट स्वीट वाले दा, ते जिदी वजह तो लाइव साडा रुक गया सी, कोई नैट दा इशू आया सी, ते उस करके असी दोबारा जिहड़ी है ना पार्ट टू बना दित्ती है। अगों पार्ट टू दा नां दित्ता है फेसबुक ते, उह दूसरा ही सही चलदा रहेगा। ठीक है जी, तो जदों मैं यूट्यूब पर चलाँगा तो फिर कंबाइन कर देंगे, इको नू कर देंगे। ठीक है जी, तो इस टाइम असं दोबारा तुहानू शौक स्टार्ट कराने, तो वीडियो जरा शेयर कर दिओ तमाम वीर, एक दफ़ा वीडियो शेयर करो तो दोबारा असं शौक शुरू कराइए। माशाल्लाह ए छत भी उड़िया, तो उतलो अपना परला घर से उत्थे भी उड़िया। माशाल्लाह नेरे च बड़ा लेट लेट बहिंदा रहा, मैं शौक करते रहे, मजा लेंदे रहे उड़ा के। ठीक है, हाँ जी, जेठ हाड़ च सौन भादरों से इन्हें चार महीने पट्ठा बहुत ज़्यादा उड़िया। लो जी नुमान भाई दिखा रहे थे जरा, जी साहब अकी साहब के घर वाले जड़े ने वो भी क्या खुरम साहब को आया है, खुरम कियानी साहब, कियानी साहब के घर। ठीक है, बरासता उन्हां दे आया जी। ठीक है, माशाल्लाह जी अच्छा परिंदा है। बहुत खूबसूरत स्ट्रक्चर है ना, दूम भी बंद है बिल्कुल। जामनी पंजे कैनी साहब वाले पुत्र ने दो हज़ार अठारह के चैंपियन हो, इस्लामाबाद चैंपियन हो जेल के, इस्लामाबाद चुटे जी इस्लामाबाद। ठीक है, ਇਹ ਤੇ ਬੱਚਾ ਕਿ ਪੱਠੀ ਹੈ? ਨਹੀਂ ਨਹੀਂ ਜੀ, ਇਹ ਮਾਦੀ ਹੈ, ਵੱਡੀ ਮੇਨ ਮਾਦੀ ਹੈ। ਇਹ ਸਾਡੇ ਯਾਰ ਦਾ ਵੀ ਦਿਲ ਸੋਨੇ ਵਾਲ ਗਿਆ ਜੀ, ਅਤੇ ਇਹਨਾਂ ਕਬੂਤਰਾਂ ਦਾ ਵੀ ਦਿਲ ਸੋਨੇ ਵਾਲਾ, ਉਂਝ ਦੀਆਂ ਪਰਵਾਜ਼ਾਂ ਨੇ ਇਹਨਾਂ ਦੀਆਂ। ਮਾਸ਼ਾਅੱਲਾ, ਮੈਂ ਬੰਦ ਚੈੱਕ ਕਰ ਰਿਹਾ ਕਿਉਂਕਿ ਮੈਂ ਸੁਣਿਆ ਹੈ ਜੀ ਕਿ ਕਾਲਿਆਂ ਦੇ ਵਿੱਚ ਜਿਹੜੇ ਤਿੰਨ ਬੰਦ ਆਉਂਦੇ ਨੇ ਉਹ ਬਹੁਤ ਅੱਛੇ ਹੁੰਦੇ ਨੇ, ਇੱਕ ਦੋ ਅਤੇ ਕਹਿ ਤਿੰਨ। ਕਿਆ ਬਾਤ, ਕਿਆ ਇੰਝ ਹੀ ਹੈ ਗੱਲ? ਤਿੰਨਾਂ ਬੰਦਾਂ ਵਾਲੇ ਕਾਲੇ ਅੱਛੇ ਹੁੰਦੇ ਨੇ ਬਹੁਤ ਜ਼ਿਆਦਾ। ਮੈਂ ਵੀ ਇੱਕ ਸਾਂਭਿਆ ਤਾ ਆਪਣਾ ਮਲਕ ਸਾਹਿਬ ਵਾਸਤੇ, ਉਹ ਵੀ ਬੜਾ ਅੱਛਾ ਮਲਕ ਸਾਹਿਬ। ਜਨਾਬ ਜੋੜਾ ਹੀ ਬਣਾ ਕੇ ਦਿਆਂਗੇ ਤੁਹਾਨੂੰ। ਅੱਛਾ, ਤੁਹਾਨੂੰ ਦੇਖ ਕੇ ਅਸੀਂ ਇਕੱਲਾ ਲਾਈਓ, ਮਾਦੀ ਬਾਅਦ 'ਚੋਂ ਟੁਰ ਕੇ ਆ ਜਾਏਗੀ, ਆ ਜਾਏਗੀ ਯਾਰ। ਮਲਕ ਸਾਹਿਬ ਨਾ ਪਰੇਸ਼ਾਨ ਹੋਇਆ ਕਰੋ, ਮਾਸ਼ਾਅੱਲਾ ਜੀ, ਮਾਸ਼ਾਅੱਲਾ ਬੜਾ ਪਿਆਰਾ ਸਟਰਕਚਰ ਹੈ। ਅੱਛਾ, ਇਹ ਇਹਦੀ ਜਿਹੜੀ ਅੱਖ ਦਾ ਵੇ ਨਾ, ਇਹ ਅੰਦਰੋਂ ਮੈਨੂੰ ਜੋ ਦੱਸ ਰਿਹਾ ਇੱਥੇ ਜ਼ੂਮ 'ਚ ਜੀ ਜੀ, ਅਤੇ ਮਾਨ ਭਾਈ ਮੈਨੂੰ ਸ਼ੱਕ ਪੈ ਰਿਹਾ ਕਿ ਇਹਦੇ 'ਚ ਸਿਆਲਕੋਟੀ ਟੱਚ ਆਇਆ।
ਹੋ ਸਕਦਾ ਜੀ, ਸਾਨੂੰ ਨਹੀਂ ਪਤਾ। ਮਤਲਬ ਕਿਸ ਬੇਸ ਦੇ ਨਾਲ ਕਹਿ ਰਹੇ ਹੋ ਕਿ ਸਿਆਲਕੋਟ ਹੀ ਭਰ ਆਇਆ? ਇਹਦੀ ਅੱਖਾਂ ਦੇ ਚ ਲਹਿਰਾਂ ਨੇ। ਠੀਕ ਹੈ, ਦੁਬਾਰਾ ਕਰੋ ਜਰਾ ਜ਼ੂਮ ਚ, ਤੁਹਾਨੂੰ ਦਿਖਾ ਜਿਹੜਾ ਸਟਾਰਟਰ, ਮੈਂ ਇਹਨਾਂ ਨੂੰ ਸਟਾਰਟਰ ਕਹਿੰਦਾ ਜਿਹੜੀਆਂ ਲੈਣਾ। ਹੋਰ ਚੀਜ਼ ਇੱਕ ਹੋਰ ਦਿਖਾ, ਸ਼ਾਇਦ ਮੇਬੀ ਉਹੀ ਚੀਜ਼ ਹੈ ਜਿਹੜੀ ਤੁਸੀਂ ਕਹਿ ਰਹੇ ਹੋ। ਇਹਦੇ ਚ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਰੇਤ ਦੇ ਜ਼ਰਾਤ ਦੀਆਂ ਨਹੀਂ ਲਹਿਰਾਂ ਬਣੀਆਂ ਹੁੰਦੀਆਂ ਸਮੁੰਦਰ ਉੱਤੇ। ਜੀ ਜੀ, ਇਹ ਦੇਖੋ ਨਜ਼ਰ ਆ ਰਿਹਾ? ਜੀ ਜੀ ਬਿਲਕੁਲ, ਉਹ ਮੈਂ ਆ ਗਿਆ ਨਜ਼ਰੇ 'ਤੇ। ਇਹ ਸਾਡੇ ਸਿਆਲਕੋਟ ਦੇ ਜਿਹੜੇ ਬਟੇਰੇ ਕਬੂਤਰ ਨੇ ਨਾ, ਉਹਨਾਂ ਦੇ ਵਿੱਚ ਆਉਂਦਾ ਜਦੋਂ ਇੱਕ ਏਜ ਤੱਕ ਪਹੁੰਚ ਜਾਂਦੇ ਨੇ ਨਾ, ਆਪਣੀ ਤੀਜੇ ਚੌਥੇ ਧਾਕੇ 'ਚ ਆ ਜਾਣਗੇ, ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਐਨ ਜੀ ਓ ਲਾਈਨਾਂ ਆ ਜਾਣਗੀਆਂ, ਜਿਸ ਤਰ੍ਹਾਂ ਸਮੁੰਦਰ ਦੇ ਉੱਤੇ ਠੱਲਾਂ ਨਹੀਂ ਹੁੰਦੀਆਂ। ਇਹਨੇ ਕਦੀ ਕੱਢਿਆ ਨਹੀਂ ਹੁਣ ਜੋ ਸਰਾ ਮਲਕ ਸਾਹਿਬ, ਦੇਖੋ ਇਹਦੀਆਂ ਅੱਖਾਂ ਜਿਹੜੀਆਂ ਉਹ ਆਪਣਾ ਜਿਹਨੂੰ ਅਸੀਂ ਬਾਬਾ ਅਲੀ ਵਾਲਾ ਕਹਿੰਦੇ ਹੁੰਦੇ ਸਾਂ, ਉਹਦੇ ਵੰਗਰਾਂ ਦੀਆਂ ਨੇ ਅੱਖਾਂ, ਉਹ ਜ਼ਿਆਦਾ ਏਜ 'ਚ ਚਲਾ ਗਿਆ ਅਸੀਂ, ਉਹਦੀਆਂ ਜ਼ਿਆਦਾ ਵਧਦੀਆਂ ਸਨ। ਕਾਲੇ ਮੂੰਹ ਵਾਲੇ ਵਿਖਾ, ਕਾਲੇ ਮੂੰਹ ਵਾਲੇ ਦਿਖਾਓ। ਪ੍ਰੋਫੈਸਰ ਸਾਹਿਬ ਵਾਲੇ ਕਬੂਤਰ ਨੇ ਜੀ, ਪ੍ਰੋਫੈਸਰ ਇਮਤਿਆਜ਼ ਸਾਹਿਬ ਵਾਲੇ, ਪ੍ਰੋਫੈਸਰ ਇਮਤਿਆਜ਼ ਸਾਹਿਬ ਜਿਹੜੇ ਸਿਆਲਕੋਟ ਵਾਲੇ ਨੇ, ਸਿਆਲਕੋਟ ਵਾਲੇ ਨੇਕਾਪੁਰ ਵਾਲੇ, ਨੇਕਾਪੁਰ ਵਾਲੇ ਉਹਨਾਂ ਨੇ ਮੈਨੂੰ ਗਿਫਟ ਕੀਤੇ ਨੇ ਜੀ। ਨੁਮਾਨ ਬਈ ਕਹਿੰਦੇ ਕਾਲੇ ਮੂੰਹ ਵਾਲੇ ਨੇ ਹੁੰਦਾ ਲਾਲ ਸ਼ੇਡ, ਇਹ ਕੀ ਵਜ੍ਹਾ? ਇਹ ਬਸ ਉਹਨਾਂ ਦੇ ਇਹ ਸ਼੍ਰੀ ਵਾਲੇ ਕਬੂਤਰ ਨੇ, ਉਹਨਾਂ ਨਾਮ ਰੱਖਿਆ ਸੀ ਸ਼੍ਰੀ ਵਾਲੇ। ਠੀਕ ਹੈ, ਨਹੀਂ ਇਹਦੀਆਂ ਵੀ ਅੱਖਾਂ ਉਸ ਨਹੀਂ ਰੇਤਲੀਆਂ, ਬਿਲਕੁਲ ਉਹੀ ਚੀਜ਼ ਆਉਂਦੀ। ਚਿੱਟੇ ਭੱਲੇ ਆ ਗਏ ਨੇ ਉਹ ਤੁਹਾਡੇ ਉਹ ਸਦੀਕੀ ਸਾਹਿਬ ਦੇ ਭੱਲਿਆਂ ਹੁੰਦਾ ਨੇ, ਬਿਲਕੁਲ ਵੇਖ ਲਓ ਸਾਫ਼, ਇਹ ਲਾਲ ਦੇ ਥਾਂ ਗ੍ਰੇ ਹੋਈ ਜਾਏ, ਬਿਲਕੁਲ ਇਹ ਗ੍ਰੇ ਹੋਈ ਜਾਏ ਤਾਂ ਸੇਮ ਉਹੀ ਚੀਜ਼ ਬਣ ਜਾਂਦੀ। ਹਾਂਜੀ, ਕਿਆ ਬਾਤ ਹੈ ਮਾਸ਼ਾਅੱਲਾ, ਉਹਨਾਂ ਦਾ ਵੀ ਸ਼ੌਕ ਪਵਾਉਂ ਦੋਸਤਾਂ। ਮਾਸ਼ਾਅੱਲਾ ਨੁਮਾਨ ਬਾਈ ਕੋਲ ਬਹੁਤ ਸ਼ਾਨਦਾਰ ਪਰਿੰਦੇ ਨੇ ਜੀ, ਅੱਛੇ ਬਰੀਡਰ ਪਰਿੰਦੇ ਨੇ। ਇਹੋ ਜਿਹੀ ਸਿਆਲਕੋਟ ਵਾਲੀ ਗੱਲ ਹੋਈ ਜਿਹੜੀ ਅੱਗੇ ਤੁਸੀਂ ਦੱਸਦੇ ਸੋ ਜੀ, ਬਟੇਰਾ ਵੀ ਦਿਖਾ ਰਹੇ ਜੀ। ਮਾਸ਼ਾਅੱਲਾ ਬੜੇ ਪਿਆਰੇ ਪਰ ਨੇ ਜੀ, ਸਿਲਕੀ ਵੀ ਨੇ। ਭਾਈ ਹੋਰਾਂ ਦੇ ਸ਼ੌਕ ਵਾਲਾ, ਤੁਹਾਡੇ ਯਾਰ ਮੈਂ ਨਾਂ ਭੁੱਲ ਗਿਆ, ਅਯੂਬ ਸਾਹਿਬ ਦੇ ਸ਼ੌਕ ਵਾਲਾ ਪਰਿੰਦਾ ਜੀ। ਮਾਸ਼ਾਅੱਲਾ ਇਹ ਬੜੇ ਸਾਡੇ ਲਾਡਲੇ ਜੇ ਕਬੂਤਰ ਨੇ ਜੀ, ਮਾਸ਼ਾਅੱਲਾ ਤਾਂ ਬਹੁਤ ਅੱਛਾ ਰਿਜ਼ਲਟ ਹੈ ਜੀ ਇਹਨਾਂ ਦਾ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਅੱਗੋਂ ਬਹੁਤ ਖੂਬਸੂਰਤ ਫਰੰਟ ਹੈ ਜੀ, ਅੱਖ ਕਰੋ ਹਾਂ ਕਲੋਜ਼ ਜ਼ਰਾ, ਇੱਥੇ ਆਓ ਚੱਕਦੇ ਹੋ ਗਏ ਚਮਕ ਕਿੰਨੀ ਆ ਕੇ ਬਿਲਕੁਲ। ਦੱਸੋ ਨਾਲ ਇਹਨਾਂ ਦਾ ਜਿੰਨੇ ਖੂਬਸੂਰਤ ਹੈ ਇਹਨਾਂ ਦਾ ਰਿਜ਼ਲਟ ਵੀ ਐਡਾ ਹੀ ਖੂਬਸੂਰਤ, ਰਿਜ਼ਲਟ ਤਾਂ ਫਿਰ ਸਾਰਿਆਂ ਦੇ ਸਾਹਮਣੇ ਹੀ ਸਾਡਾ ਆ, ਉਹ ਕਿ ਢੱਕ ਛੁਪੀ ਗੱਲ ਹੈ ਬਿਲਕੁਲ।
ਬਟੇਰਾ ਕਿਹੜਾ ਕਹਿ ਰਹੇ ਸੀ? ਉਹ ਬਟੇਰਾ ਦਿਖਾਓ, ਉਹ ਵੀ ਲਾਇਓ ਫੜ। ਲਓ ਜੀ ਦੋਸਤੋ, ਕਮੈਂਟਸ ਵਗੈਰਾ ਦੇ ਵਿੱਚ ਦੱਸਣਾ ਤੁਸੀਂ ਜ਼ਰੂਰ ਸਾਨੂੰ ਕਿ ਸ਼ੌਕ ਕੈਸਾ ਲੱਗਾ ਖਲੀਫਾ ਨੁਮਾਨ ਵਟਸਐਪ ਸਿਆਲਕੋਟ ਸਵੀਟ ਵਾਲਿਆਂ ਦਾ। ਅਤੇ ਮੈਨੂੰ ਤਾਂ ਬਹੁਤ ਪਰਿੰਦੇ ਪਸੰਦ ਆਏ ਨੇ ਇਹਨਾਂ ਦੇ, ਬੜੇ ਅੱਛੇ ਪਰਿੰਦੇ ਨੇ, ਜਿਨ ਕਿ ਜਿਨ੍ਹਾਂ ਨੂੰ ਬਰੀਡਰ ਕਿਹਾ ਜਾਂਦਾ। ਮੈਂ ਤੁਹਾਨੂੰ ਅਕਸਰ ਤੁਹਾਡੇ ਨਾਲ ਗੱਲ ਕਰਦਾ ਹੁੰਦਾ ਕਿ ਹਰ ਅੱਛਾ ਉੱਡਣ ਵਾਲਾ ਪਰਿੰਦਾ ਅੱਛਾ ਬਰੀਡਰ ਨਹੀਂ ਹੁੰਦਾ, ਅਤੇ ਹਰ ਅੱਛਾ ਬਰੀਡਰ ਕਬੂਤਰ ਵੀ ਜਿਹੜਾ ਅੱਛੇ ਬੱਚੇ ਨਹੀਂ ਉਡਾਉਂਦਾ। ਅਤੇ ਇਹ ਬਹੁਤ ਅੱਛਾ, ਜਿਹਦੇ ਕੋਲ ਨੌਲੇਜ ਹੋਏ ਜਾਂ ਸੈਂਸ ਹੋਏ, ਪਹਿਚਾਣ ਹੋਏ, ਉਹੀ ਬੰਦਾ ਜਿਹੜਾ ਨਾ ਅੱਛੇ ਬਰੀਡਰ ਬਣਾ ਸਕਦਾ। ਐਸੇ ਬਰੀਡਰ ਕਿ ਜਿਹੜੇ ਅੱਗੋਂ ਵੀ ਬਰੀਡਰ ਹੀ ਕੱਢਣ, ਜਿਨ੍ਹਾਂ ਬਰੀਡਰ ਹੀ ਅੱਗੋਂ ਕੱਢਣੇ ਨੇ ਉਹ ਉੱਡਣਗੇ ਵੀ, ਜਿਹੜੇ ਬਰੀਡਰ ਅੱਛੇ ਹੁੰਦੇ ਨੇ ਉੱਡਦੇ ਵੀ ਨੇ। ਅਤੇ ਲਾਜ਼ਮ ਨਹੀਂ ਕਿ ਹਰ ਅੱਛਾ ਉੱਡਣ ਵਾਲਾ ਕਬੂਤਰ ਬਰੀਡਰ ਹੋਏ। ਲਓ ਜੀ ਇਹ ਬਟੇਰੇ ਜੀ ਨੰਬਰ ਸਾਹਿਬ, ਮਾਸ਼ਾ। ਲਓ ਜੀ ਦੇਖੋ, ਜਿਹੜੀ ਮੈਂ ਗੱਲ ਕੀਤੀ ਸੀ, ਲਹਿਰਾਂ ਆ ਗਈਆਂ ਵਿੱਚ, ਕਿੰਨੀਆਂ ਆਵਾਜ਼ ਆ ਦੇ ਜੀ, ਮਾਸ਼ਾ। ਇਹਦੇ ਏਜ ਅੱਗੇ ਜਾਏਗੀ ਤੇ ਇਹ ਹੋਰ ਵਾਜ਼ਿਆ ਹੋ ਜਾਂਦੀਆਂ, ਉੱਤੇ ਵੱਖਰੀਆਂ ਵੱਖਰੀਆਂ ਨਜ਼ਰ ਆਉਣਗੀਆਂ, ਜਿਸਾਂ ਮੱਛਲੀ ਦੇ ਚਾਨੇ ਨਹੀਂ ਬਣ ਜਾਂਦੇ ਜੀ ਜੀ, ਇਸ ਤਰ੍ਹਾਂ ਅਲੱਗ ਅਲੱਗ ਨਜ਼ਰ ਆਉਣਗੀਆਂ ਜਿਹਨੂੰ ਉਹ ਏਜ ਹੋ ਜਾਏਗਾ। ਇਹਦੇ ਕੋਲ ਧੀਆਂ ਪੁੱਤਰਾਂ ਦੇ ਬੱਚੇ ਬਹੁਤ ਅੱਛੇ ਉੱਡਦੇ ਨੇ ਜੀ, ਇਹ ਜੀ ਬਲੱਡ ਹੀ ਬੜਾ ਅੱਛਾ ਮਾਸ਼ਾ ਅੱਲਾ। ਇਹ ਖੁਦ ਬਣਾਏ ਨੇ ਬਟੇਰੇ ਮਾਸ਼ਾ ਅੱਲਾ ਜੀ। ਅੱਛਾ ਜੀ, ਇਹਨਾਂ 'ਚ ਕਮਗਰ ਪਰ ਵੀ ਆਇਆ, ਮਗਰ ਇੱਥੇ ਉਹ ਨਜ਼ਰ ਨਹੀਂ ਆ ਰਿਹਾ ਜੀ, ਤੁਸੀਂ ਗੈਪ ਕਰ ਛੱਡਿਆ ਕਮਗਰ ਪਰ। ਇੱਕ ਤੁਸੀਂ ਪਹਿਲੇ ਮੈਨੂੰ ਦਿਖਾਏ ਸਨ ਜਿਹੜੇ ਸ਼ਕਲੋਂ ਬਟੇਰੇ ਸਨ, ਮਗਰ ਬਾਕੀ ਉਹਨਾਂ ਦੀਆਂ ਚੀਜ਼ਾਂ ਕਮਗਰ ਹੀ ਸਨ। ਬਿਲਕੁਲ ਨਹੀਂ, ਇਹ ਹੋਰ ਚੀਜ਼ ਹੈ, ਉਹ ਇਹ ਹੈ ਜੀ। ਮਾਤੀ ਵੀ ਲਿਆਓ ਜੀ, ਰੋਟੀ ਇਹ ਦਿਓ। ਉਹ ਜੀ ਇਹ ਵੀ ਫੀਫਾ ਨੁਮਾਨ ਭੱਟ ਸਾਹਿਬ ਨੇ ਖੁਦ ਜਿਹੜੀ ਇੱਕ ਆਪੀ ਕਾਬਿਸ਼ ਕੀਤੀ ਦੀ ਹੈ, ਅਤੇ ਬੜੀ ਅੱਛੀ ਚੀਜ਼ ਬਣੀ ਦੀ ਹੈ ਮਾਸ਼ਾਅੱਲਾ। ਸ਼ਕਲਾਂ ਜਿਹੜੀਆਂ ਟੋਟਲ ਦੇਖਣ 'ਚ ਬਟੇਰੀ ਹੈ, ਮਗਰ ਬਲੱਡ ਇਹਦੇ ਵਿੱਚ ਕਮੱਗਰ ਦਾ ਪਾਇਆ ਦਾ ਇਹਨਾਂ ਨੇ, ਜਿਹੜਾ ਆਪਣੇ ਇਹਨਾਂ ਦੇ ਕਮੱਗਰ ਨੇ। ਮਾਸ਼ਾਅੱਲਾ ਜੀ, ਸਾਡੇ ਕਮਾਂਡੋ ਕਬੂਤਰ ਨੇ 15 ਨੰਬਰ। ਇਹ ਮਾਦੀ ਵੀ ਉੱਡੀ ਹੋਈ, ਕੋਈ ਇਹਨਾਂ ਦੀਆਂ ਅੱਖਾਂ ਵੀ ਵਿੱਚ ਕਮਗਰ ਟਾਈਪ ਨੇ ਜੀ ਜੀ, ਬਿਲਕੁਲ ਠੀਕ ਹੈ। ਸ਼ਕਲਾਂ ਜਿਹੜੀਆਂ ਨੇ ਉਹ ਬਟੇਰਿਆਂ ਦੀਆਂ, ਸ਼ਕਲ ਟੋਟਲੀ ਬਟੇਰਾ ਹੈ, ਬਟੇਰਾ ਟੋਟਲੀ ਬਟੇਰਾ ਹੈ। ਕੋਈ ਮੇਰੇ ਹਰ ਦਾ ਨਵਾਂ ਖਿਲਾੜੀ ਹੋਏ ਤੂੰ ਇਹੀ ਸਮਝੇਗਾ ਕਿ ਬਟੇਰਾ ਹੀ। ਮਾਸ਼ਾਅੱਲਾ, ਇਹ ਤੁਸੀਂ ਪਹਿਚਾਣਿਆ, ਬਹੁਤ ਘੱਟ ਲੋਕ ਮਾਸ਼ਾਅੱਲਾ ਪਹਿਚਾਣਦੇ ਆ ਇਸ ਚੀਜ਼ ਨੂੰ। ਇਹ ਉਹ ਦੇਖੋ ਨਾ, ਬਾਡੀਆਂ ਜਿਹੜੀਆਂ ਨੇ ਉਹ ਕਮਗਰਾਂ ਵਾਲੀਆਂ ਲਾਤੀਆਂ ਨੇ, ਸਟਰਕਚਰ ਉਹੀ, ਬਲੱਡ ਉਹੀ ਹੈ ਵਿੱਚ। ਅਸੀਂ ਤੁਸੀਂ ਕਲਰ ਜਿਹੜਾ ਉਹ ਬਟੇਰਿਆਂ ਦਾ ਆ ਗਿਆ ਜੀ, ਕਲਰ ਬਟੇਰਿਆਂ, ਕਲਰ ਬਟੇਰਿਆਂ ਦਾ, ਬਾਕੀ ਸਟਰਕਚਰ ਬਲੱਡ ਸਭ ਕੁਝ ਜਿਹੜੇ ਗੁਣ ਉਹ ਕਮਗਰਾਂ ਵਾਲੇ ਆ ਗਏ ਨੇ। ਇੱਕ ਅੱਛਾ ਕਰਾਸ ਬਣ ਗਿਆ ਮਾਸ਼ਾਅੱਲਾ, ਇੰਜ ਪਲੱਸ ਆਈ ਮਾਸ਼ਾਅੱਲਾ ਸਾਡੀ ਉੱਡੀ ਹੈ ਜੀ। ਇਹ ਵੀ ਮਾਸ਼ਾਅੱਲਾ ਬਹੁਤ ਅੱਛੇ ਉੱਡਦੇ ਨੇ ਸਾਡੇ ਜੀ, ਇਹ 2016 'ਚ ਯਾਰ ਮਾਦੀ ਉੱਡੀ ਮਾਸ਼ਾਅੱਲਾ, ਇਹ 2017 'ਚ ਵੀ ਉੱਡੀ ਹੈ, 2 ਸਾਲ ਉੱਡੀ ਗਈ ਸ਼ੈਬ ਦੀ ਛੱਤ, ਸ਼ੈਬ ਹੋ ਗਿਆ ਉਸ। ਹਾਂਜੀ ਠੀਕ ਹੈ ਮਾਸ਼ਾਅੱਲਾ। ਉਹ ਵੀ ਤੁਹਾਡਾ ਆਪਣਾ ਉਸਤਾਦ ਭਾਈ ਨੇ, ਸ਼ਗਿਰਦ ਉਸਤਾਦ ਭਾਈ ਨੇ, ਸ਼ਗਿਰਦ ਆਹੋ ਹਾਂਜੀ ਉਸਤਾਦ ਭਾਈ ਹੋ ਗਏ ਨਾ ਤੁਸੀਂ ਵੀ, ਆਪਣੇ ਚਾਚੂ ਦੇ ਸ਼ਗਿਰਦ ਤੋਂ ਵੀ ਉਹਨਾਂ ਦੇ ਹੀ ਨੇ ਜੀ। ਅਤੇ ਅੱਛਾ ਰਿਜ਼ਲਟ ਉਹ ਪੇਸ਼ ਕਰ ਰਿਹਾ ਲੜਕਾ ਜੀ ਜੀ, ਅੱਛਾ ਖਿਲਾੜੀ ਹੈ। ਮਾਸ਼ਾਅੱਲਾ ਜੀ, ਇਹਨਾਂ 'ਚ ਵੀ ਪਰ ਕਮਗਰ ਜੀ, ਬਿਲਕੁਲ ਉਹੀ ਹੈ। ਇਹਨਾਂ 3 ਪਰ ਲਗਾਏ ਨੇ, ਕਾਲੇ ਮੂੰਹ ਵਾਲਾ, ਬਟੇਰਾ, ਫਿਰ ਇਸ ਦੇ ਵਿੱਚ ਜੀ, ਪਹਿਲੀ 'ਚ ਨਹੀਂ ਸੀ, ਪਹਿਲੀ 'ਚ ਸਿਰਫ ਕਮਗਰ, ਉਹਦੇ 'ਚ ਕਮਗਰ ਸੀ, ਇਹਦੇ 'ਚ ਬਟੇਰਾ ਅਤੇ ਕਾਲੇ ਮੂੰਹ ਵਾਲਾ ਆ ਗਿਆ ਜੀ, ਅਤੇ ਨਾਲ ਕਮਗਰ ਆ ਗਿਆ, ਕਮਗਰ ਬਿਲਕੁਲ ਬਿਲਕੁਲ ਇਸ ਤਰ੍ਹਾਂ ਜੀ। ਦੱਸੋ ਨੇ ਬੱਚਾ ਪੁੱਟਿਆ ਸੀ,
ਤੇ ਚਾਰ ਪੰਜ ਦਾ ਬੱਚਾ ਪੁੱਛਿਆ ਸੀ ਸਾਥ 'ਚ ਤੇ ਰਾਤੀ ਓਵਰ ਟਾਈਮ ਕਰਕੇ ਬਹਿੰਦੀ ਸੀ ਜ਼ਿਆਦਾ ਹਨੇਰੇ 'ਚ ਫਿਰ ਅਸੀਂ ਇਹਨੂੰ ਰੋਕ ਬਾਜ਼ੀਆਂ ਦੋ ਫਿਰ ਤਾਂ ਓਵਰ ਟਾਈਮ ਬੈਠੀ ਗਈ ਅੱਛਾ ਜੀ ਹਾਂਜੀ ਅਤੇ ਇਹਨੂੰ ਅੰਦਰ ਕਰ ਦਿੱਤਾ ਹਾਂਜੀ ਅੰਦਰ ਕਰ ਦਿੱਤਾ ਬਹਿੰਦੀ ਨਹੀਂ ਰਾਤ ਹੀ ਰਹਿ ਗਈ ਦੋ ਵਾਰੀ ਪੌਣੇ ਦਸ ਪੌਣੇ ਨੌ ਸਵਾ ਨੌ ਇੱਥੇ ਜਾਗ ਪੈਂਦੀ ਸੀ ਉਹਨਾਂ ਕੋਲ ਮੈਂ ਗੇਮ ਵੀ ਆਉਣੀ ਹਨੇਰਿਆਂ ਦੀ ਸ਼ੁਰੂ ਹੋਣੀ ਹੈ ਗੇਮ ਹੁਣ ਜਿਹਦੇ ਚਾਰ ਪੰਜ ਵਜੇ ਬਹਿ ਗਏ ਤਾਂ ਗੇਮ ਆਊਟ ਆਊਟ ਹੁਣ ਤਾਂ ਸਭ ਦੀ ਕੋਸ਼ਿਸ਼ ਹੈ ਕਿ ਲਾਈਟਾਂ 'ਤੇ ਲੱਗਣ ਕਬੂਤਰ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੜਾ ਉੱਚੀ ਹੈ ਜੀ ਥੱਲੋਂ ਦੇਖੋ ਜੀ ਕਿ ਉੱਡਿਆ ਉਡਾਇਆ ਹੈ ਸਾਨੂੰ ਚਾਰ ਪੰਜ ਦਾ ਬੱਚਾ ਸੀ ਜੀ ਵਿਸਾਖ 'ਚ ਚਾਰ ਪੰਜ ਦਾ ਬੱਚਾ ਉੱਡਦਾ ਰਿਹਾ ਵਿਸਾਖ 'ਚ ਪੁੱਟਿਆ ਹੈ ਚੌਥੀ ਕਲੀ ਦਾ ਜੀ ਚੌਥੀ ਕਲੀ ਮਾਸ਼ਾਅੱਲਾ ਜੀ ਇਹ ਬੜੀ ਅੱਛੀ ਚੀਜ਼ ਬਣਾਈ ਦੀ ਹੈ ਸਟੀਫਨ ਮਾਨਬਾਰ ਸਾਹਿਬ ਨੇ ਜਿਹੜੇ ਇੱਕ ਮੱਘਰ ਬਣਾਏ ਦੇ ਨੇ ਨਾ ਬੜੇ ਅੱਛੇ ਨੇ ਸ਼ਕਲਾਂ ਵੀ ਬਹੁਤ ਅੱਛੀਆਂ ਨੇ ਮਾਸ਼ਾਅੱਲਾ ਦੋ ਦਿਨ ਵੀ ਛਾਤਾਂ ਵਾਲੇ ਕਮਾਕਰ ਹੀ ਵਹਾ ਦਿਓ ਉਹ ਛਾਤਾਂ ਵਾਲੇ ਕਮਾਕਰ ਜਿਹੜੇ ਦੋ ਨੇ ਉੱਧਰ ਛਾਤਾਂ ਵਾਲੇ ਕਮਾਕਰ ਵਹਾ ਕੇ ਕਲੋਜ਼ ਕਰੀਏ ਸਾਡੇ ਭਾਈ ਕਿਆਨੀ ਸਾਹਿਬ ਜੀ ਵਹਿੰਦੇ ਨੇ ਪਏ ਜੀ ਅਤੇ ਇਹ ਉਹਨਾਂ ਦੀ ਟੋਪਨ ਹੈ ਜੀ ਟੋਕਨ ਟੋਪਨ ਟੋਪਨ ਅੱਛਾ ਇਹ ਸਾਡੇ ਭਾਰਾਂ ਦੀ ਬੜੀ ਪਿਆਰ ਵਾਲੀ ਕਬੂਤਰੀ ਹੈ ਜੀ ਤਾਂ ਕਿਆਨੀ ਸਾਹਿਬ ਆਪਣੀ ਟੋਪਨ ਵੇਖ ਲਓ ਮੈਂ ਜ਼ਰਾ ਦੀਦਾਰ ਕਰਾ ਦਈਏ ਨਿਕਾਹ ਤਾਂ ਮੰਗਣੀ ਹੋ ਗਈ ਹੈ ਅਤੇ ਹੁਣ ਨਿਕਾਹ ਹੋਣਾ ਕੱਲ੍ਹ ਬਹੁਤ ਅੱਛਾ ਰਿਜ਼ਲਟ ਹੈ ਜੀ ਮਾਸ਼ਾਅੱਲਾ ਇਹਨਾਂ ਦੇ ਬੜੇ ਧੀਆਂ ਪੁੱਤਰ ਜੋੜੇ ਪਏ ਨੇ ਜੀ ਮਗਰਾਂ 'ਚ ਜਿਹੜਾ ਇਹ ਸ਼ੇਡ ਹੈ ਬੜਾ ਅੱਛਾ ਰਿਜ਼ਲਟ ਹੈ ਦੇਖੋ ਜੀ ਬਰੀਕ ਪਰ ਇਹ ਅੱਛੇ ਬਰੀਡਰਾਂ ਦੀ ਇਹ ਵੀ ਇੱਕ ਨਿਸ਼ਾਨੀ ਹੈ ਕਿ ਪਰ ਬਿਲਕੁਲ ਬਰੀਕ ਹੋਣਗੇ ਹਾਂਜੀ ਮੋਢੇ ਵੀ ਬਰੀਕ ਨੇ ਕੱਛ ਵੀ ਵੱਡੀ ਹੈ ਬੜਾ ਅੱਛਾ ਬਾਡੀ ਸਟਰਕਚਰ ਮਾਸ਼ਾਅੱਲਾ ਬਣਿਆ ਹੁੰਦਾ ਜੀ ਕਬੂਤਰ ਮੇਨਟੇਨ ਰੱਖਣਾ ਹੀ ਜਿਹੜੀ ਇਹਨਾਂ ਉਹ ਗੱਲ ਹੁੰਦੀ ਉਹੀ ਹੁੰਦਾ ਤਜਰਬਾ ਤੁਹਾਨੂੰ ਮੇਨਟੇਨ ਰੱਖਣਾ ਜੇ ਮੇਨਟੇਨ ਨਹੀਂ ਰੱਖ ਸਕਦੇ ਤਾਂ ਫਿਰ ਫਾਇਦਾ ਕੋਈ ਨਹੀਂ ਤੁਹਾਨੂੰ ਕਬੂਤਰ ਰੱਖਣਾ ਹੱਡੀਆਂ ਆਉਣਾ ਉਹਨਾਂ ਕਸ਼ਤੀਆਂ ਹੱਡੀਆਂ ਨੇ ਵੱਡੀਆਂ ਹੱਡੀਆਂ ਮਾਂ ਵੀ ਅਕਸਰ ਲੋਕ ਕਰਦੇ ਨੇ ਜੀ ਉੱਥੋਂ ਜੋੜਾ ਲੈ ਉਹ ਫਲਾਣੇ ਥਾਂ ਜੋੜਾ ਲੈ ਉਹ ਫਲਾਣੇ ਥਾਂ ਜੋੜਾ ਲੈ ਉਹ ਬੱਚੇ ਚੰਗੇ ਉੱਡਦੇ ਨੇ ਕਿਆ ਬਾਤ ਹੈ ਜੀ ਅਸੀਂ ਟੋਰੋ ਕਿਆ ਉਹ ਕਬੂਤਰਬਾਜ਼ੀ ਹੁੰਦੀ ਹੈ ਅਤੇ ਜਾਂ ਖੁਦ ਤੁਸੀਂ ਉਹਨੂੰ ਮੇਨਟੇਨ ਕਰਦੇ ਹੋ ਬਰੀਡਿੰਗ ਬਣਾ ਕੇ ਤੋਂ ਉਡਾਉਂਦੇ ਹੋ ਅੱਛਾ ਰਿਜ਼ਲਟ ਦਿੰਦੇ ਹੋ ਉਹ ਸਹੀ ਹੁੰਦਾ ਕਿਹੜੀ ਚੀਜ਼ਾਂ 'ਚ ਅੱਛੀ ਕਿਹੜੀ ਹੈ ਦੇਖੋ ਪਹਿਲੇ ਤਾਂ ਬੇਸ ਸਮਝਣੀ ਚਾਹੀਦੀ ਕਬੂਤਰ ਬਲੱਡ ਲਾਈਨ 'ਚ ਹੈ ਕੀ ਹੈ ਬਿਲਕੁਲ ਆਇਆ ਕਿੱਥੋਂ ਮੈਂ ਕਿਹੜੀ ਬਲੱਡ ਲਾਈਨ ਦੇ ਵਿੱਚੋਂ ਮੈਂ ਠੀਕ ਹੈ ਨਾ ਠੀਕ ਹੈ ਉਹ ਇੱਕ ਜੋੜਾ ਕਿ ਬੱਚੇ ਉਡਾ ਰਿਹਾ ਆਇਆ ਕਿ ਉਹ ਉਹਦੇ ਬੱਚੇ ਵੀ ਅੱਗੋਂ ਕੰਮ ਕਰਦੇ ਨੇ ਕਿ ਨਹੀਂ ਹਾਲੀ ਉਹ ਹਾਲੀ ਬੱਚੇ ਉਡਾਉਂਦਾ ਅਗਰ ਉਹ ਉਡਾਉਂਦਾ ਪਿਆ ਉਸੀ ਉਹਦੇ ਕੱਟ ਕੱਟ ਕੇ ਅੱਗੋਂ ਜੋੜੇ ਪਾਉਂਦੇ ਅੱਗੋਂ ਕੰਮ ਨਹੀਂ ਕਰਦੇ ਠੀਕ ਹੈ ਨਾ ਉਹ ਤਾਂ ਫਿਰ ਕੋਈ ਫਾਇਦਾ ਨਹੀਂ ਨਾ ਉਹ ਦੇ ਵਧਾਉਣ ਦਾ ਉਹ ਦੇਖ ਨਹੀਂ ਕਿ ਅਗਰ ਇੱਕ ਦੋ ਬੱਚਾ ਕੋਈ ਉੱਡਿਆ ਅੱਛਾ ਅੱਗੋਂ ਉਹਨੂੰ ਚਲਾ ਕੇ ਵੇਖੋ ਕਿ ਉਹ ਬੱਚਿਆਂ 'ਚ ਵੀ ਅੱਗੋਂ ਕੰਮ ਕਰ ਰਿਹਾ ਪੱਠੀ ਪੱਠਿਆਂ 'ਚ ਕੰਮ ਕਰ ਰਿਹਾ ਕਿ ਨਹੀਂ ਬਿਲਕੁਲ ਅਕਸਰ ਕਾਲ ਕਈ ਜੋੜੇ ਹੁੰਦੇ ਨੇ ਬੱਚੇ 'ਚ ਉਡਾਉਂਦੇ ਨੇ ਅੱਗੋਂ ਬਰੀਡਿੰਗ 'ਚ ਕੰਮ ਨਹੀਂ ਆਉਂਦੇ ਯਾਨੀ ਕਿ ਉਹ ਗੱਲ ਉਹੀ ਆ ਗਈ ਨਾ ਮੇਰੇ ਵਾਲੀ ਤੁਸੀਂ ਜਿਹੜੀ ਗੱਲ ਕੀਤੀ ਬਿਲਕੁਲ ਕਿ ਅੱਛਾ ਉੱਡਣ ਵਾਲਾ ਪਿੰਡਾ ਅੱਛਾ ਬਰੀਡਰ ਨਹੀਂ ਹੁੰਦਾ ਬਿਲਕੁਲ ਹਰ ਅੱਛਾ ਉੱਡਣ ਵਾਲਾ ਅਸੀਂ ਹਰ ਨਾਲ ਲੈਂਦੇ ਕਿ ਹਰ ਅੱਛੀਆਂ ਨੇ ਜੀ ਮਾਸ਼ਾਅੱਲਾ ਜੀ ਮਾਵਾਂ ਧੀਆਂ ਨੇ ਮਾਸ਼ਾਅੱਲਾ ਜੀ ਧੀ ਬਹੁਤ ਜ਼ਿਆਦਾ ਉੱਡੀ ਹੈ ਜੀ ਸਾਡੇ ਕੋਲ ਇੱਥੇ ਵੀ ਬੜੇ ਹਨੇਰਿਆਂ 'ਚ ਰਮਜ਼ਾਨ 'ਚ ਅਸੀਂ ਉਹਨੂੰ ਰੋਜ਼ਾ ਖੋਲ੍ਹਣ ਤੋਂ ਪਹਿਲੇ ਉਡਾ ਦੀਦਾ ਸੀ ਅਤੇ ਸੁਬਹਾ ਫਜਰ ਦੀ ਨਮਾਜ਼ ਪੜ੍ਹ ਕੇ ਅਤੇ ਫਿਰ ਉਹ ਮਾਸ਼ਾਅੱਲਾ ਦਿਨ 'ਚ ਪੈਂਦੇ ਹਨ ਕਿਆ ਬਾਤ ਹੈ ਲਓ ਜੀ ਇਹਦੀ ਵੀ ਅੱਖ ਦਾ ਸ਼ੋਕ ਕਰਵਾਓ ਜੀ ਦੋਸਤਾਂ ਨੂੰ ਮੈਂ ਭਾਈ ਕਰੀਨਾ ਤਾਂ ਇੱਕ ਅੱਧਾ ਵੀ ਚੰਗਾ ਆ ਜਾਏ ਨਾ ਉਹ ਇਨਸਾਨ ਉਹਨੂੰ ਅਗਰ ਬਣਾਉਣ ਵਾਲਾ ਹੋਏ ਕੋਈ ਅੱਛਾ ਖਿਲਾੜੀ ਹੋਏ ਉਹ ਬਣਾ ਲੈਂਦਾ ਸੈਂਸੇਬਲ ਬਿਲਕੁਲ ਦੇਖੋ ਸੈਂਸ ਹੋਏ ਕਿ ਇਹਨੂੰ ਕਰਨਾ ਕੀ ਇੱਕ ਪਰਿੰਦਾ ਮੇਰੇ ਕੋਲ ਵੀ ਇੱਕ ਹੀ ਪਰਿੰਦਾ ਹੱਥ 'ਚ ਆਇਆ ਇਹਨਾਂ ਦਾ ਯਾਨੀ ਕਿ ਪਰਦਾਦਾ ਚਰਦਾਦਾ
ਮੈਂ ਉਹਦੇ 167 169 ਬੱਚੇ ਕਢਾਏ ਨੇ ਠੀਕ ਹੈ ਨਾ, ਉਹਨਾਂ 'ਚੋਂ ਮੈਂ ਤਕਰੀਬਨ 60-70 ਕੋਲ ਚਲਾਏ ਨੇ, ਕੁਛ 20-25 ਉਸਤਾਦ ਹੋਰਾਂ ਕੋਲ ਨੇ ਤੁਹਾਡੇ ਮੋਹਤਰਮ ਕੋਲ, ਉਹਨਾਂ ਨੇ ਜੋੜੇ ਲਗਾਏ ਨੇ, ਉਹ ਐਸਾ ਪਰਿੰਦਾ ਕਿ ਉਹਨੂੰ ਅਸੀਂ ਜਿੱਥੇ ਵੀ ਲਗਾਉਂਦੇ ਹਾਂ ਨਾ ਉਹ ਕੰਮ ਕਰਦੇ ਨੇ, ਉੜਦੇ ਵੀ ਨੇ, ਉਹਨਾਂ ਦੀਆਂ ਵਾਪਸੀਆਂ ਵੀ ਨੇ, ਉਹ 6 ਕੰਮ ਵੀ ਕਰਦੇ ਨੇ, ਯਾਨੀ ਕਿ ਇਹ 6ਵੇਂ ਹੱਥ ਅੱਗੋਂ ਆ ਗਏ ਨੇ ਅਤੇ ਅੱਗੋਂ ਫਿਰ ਵੀ ਕੰਮ ਕਰਦੇ ਨੇ, ਠੀਕ ਹੈ, ਯਾਨੀ ਕਿ ਉਹ 35 ਸਾਲ ਤੋਂ ਸਾਡੇ ਘਰ ਜੀ ਮੈਂ ਦੇਖੇ ਨੇ ਮਾਸ਼ਾਅੱਲਾ ਪਰਿੰਦਾ, ਹੱਥ ਹੀ ਫੜੇ ਹੀ ਪਤਾ ਚੱਲ ਜਾਂਦਾ ਕਿ ਪਰਿੰਦਾ ਅੱਛਾ ਹੈ, ਕਾਰਕਰਦਗੀ ਵਾਲਾ ਹੈ ਜਾਂ ਸਿਰਫ ਫੈਂਸੀ ਹੈ। ਬਿਲਕੁਲ ਬਿਲਕੁਲ ਬੜੇ ਅੱਛੇ ਤੁਸੀਂ ਮੇਨਟੇਨ ਕੀਤੇ ਨੇ ਮਾਸ਼ਾਅੱਲਾ ਜੀ, ਗੱਡੀ ਦੀ ਕਿਹੜਾ ਅਸੀਂ ਪੈਦਲ ਜਾਣਾ ਮਲਿਕ ਸਾਹਿਬ, ਅਸੀਂ ਤਾਰਕ ਬਿਨ ਜ਼ਿਆਦ ਆ ਕਬੂਤਰਾਂ ਦੇ, ਅਸੀਂ ਕਿਸ਼ਤੀਆਂ ਸਾੜ ਕੇ ਆਉਂਦੇ ਹਾਂ। ਮਗਰ ਛੱਤ ਵਾਲੇ ਰੋਸ਼ਨੀ ਠੀਕ ਹੈ ਫਿਰ ਅਸੀਂ ਉਡਾ ਕੇ ਸਿਰ ਜੋੜੇ ਪਾਏ ਨੇ ਮਾਸ਼ਾਅੱਲਾ ਜੀ ਅੱਛੀ ਤਕਲੀਕ ਹੈ, ਅੱਛੀ ਕਾਬਿਸ਼ ਕੀਤੀ ਹੈ, ਤੁਸੀਂ ਮਿਹਨਤ ਕੀਤੀ ਹੈ। ਮਾਦੀਆਂ ਦੋਵੇਂ ਸ਼ਰਮੀਲੀਆਂ ਵਾਹੀਆਂ ਬੜੀਆਂ ਪੱਲਾ ਦਿਖਾ ਪੁਰਸਕੂਨ ਭਰਨ ਬਿਲਕੁਲ ਪੁਰਸਕੂਨ ਲਓ ਜੀ ਇਹ ਕੀ ਜੇ ਜਨਾਬ ਇਹ ਤੁਸੀਂ ਸਾਨੂੰ ਦੱਸਣਾ ਇਹ ਵੀ ਛੱਤ ਵਾਲੇ ਦੇ ਇੱਕ ਮਗਰ ਕਰਾਸ 'ਚ ਨਾਲ ਪਟੇਰੇ ਵੀ ਨੇ ਇਹ 3 ਪਰ ਨੇ ਇਹਨਾਂ 'ਚ 13 ਛੱਤ ਵਾਲਾ ਅਤੇ ਕਮਕਰ ਫਿਰ ਤਾਂ ਸ਼ਰਮੀਲੇ ਬਣ ਗਏ ਨਾ ਸ਼ਰਮੀਲੇ ਬਣ ਗਏ ਸੀ ਬੜਾ ਨਾਂ ਪੈਦਾ ਕੀਤਾ ਜੀ ਉਸਤਾਦ ਮੋਇਨਵਾਲ ਸਾਹਿਬ ਦੀ ਬੇਸ਼ੱਕ ਬੇਸ਼ੱਕ ਕੋਈ ਸ਼ੱਕ ਨਹੀਂ ਜੀ ਇੱਕ ਜਿਹਨੇ ਅੱਛੀ ਚੀਜ਼ ਬਣਾਈ ਉਹਦੀ ਤਾਰੀਫ ਕਰਨੀ ਚਾਹੀਦੀ ਬਿਲਕੁਲ ਬਹੁਤ ਅੱਛਾ ਇਹਨਾਂ ਨੇ ਕਬੂਤਰਾਂ ਨੇ ਨਾਮ ਕਮਾਇਆ ਜੀ ਅੱਛਾ ਰਿਜ਼ਲਟ ਵੀ ਦਿੱਤਾ ਜੀ ਕਬੂਤਰਾਂ ਨੇ ਇਸ ਤਰ੍ਹਾਂ ਦੇ ਹਨ ਬਿਲਕੁਲ ਹਾਂਜੀ ਜੀ ਅੱਗੋਂ ਦੋਵੇਂ ਵਿਖਾਈਓ ਜਿਹੜੀਆਂ ਰੇੜੀਆਂ ਟਾਈਪ ਨਿਕਲੀਆਂ ਨੇ ਇਹ ਵੀ ਉਹੀ ਹੈ ਦੋਵੇਂ ਭੈਣਾਂ ਹੀ ਨੇ ਜ਼ਿਆਦਾ ਕੰਮ ਕਰੋ ਨੁਮਾਨ ਭਾਈ ਇਹ ਤੁਸੀਂ ਖੁਦ ਯਾਨੀ ਕਿ ਬਣਾਏ ਨੇ ਬਰੀਡ ਇਹ ਅੱਗੋਂ ਘਰ ਨਿਕਲੀਆਂ ਸਾਡੇ ਪਰ ਬੇਸ ਪਿੱਛੇ ਗਲਤ ਨਹੀਂ ਕਹਾਂਗਾ ਮੋਇਨ ਸਾਹਿਬ ਦੇ ਹੀ ਪਾ ਰਹੇ ਠੀਕ ਹੈ ਠੀਕ ਹੈ ਅਸੀਂ ਬਰਾਸਤ ਆਇਆ ਕਿੱਧਰੋਂ ਆਇਆ ਅਸੀਂ ਕਿੱਧਰੋਂ ਲਏ ਨੇ ਠੀਕ ਹੈ ਉਹਨਾਂ ਸ਼ਗਿਰਦੋਂ ਕੋਲ ਲਏ ਨੇ ਖਰੀਦੇ ਨੇ ਪਰ ਬੇਸ ਪਿੱਛੇ ਗਲਤ ਨਹੀਂ ਕਿਹਾ ਪਿੱਛੇ ਬੇਸ ਚੋ ਹਿਸਾਬ ਦੀ ਉਹਨਾਂ ਦੇ ਘਰੋਂ ਹੀ ਪਰਿੰਦੇ ਆਏ ਹਨ ਕਿਧਰੇ ਉਹ ਅੱਗੋਂ ਮੈਂ ਲਏ ਸਨ ਅੱਗੋਂ ਇਹਨਾਂ ਦੇ ਵੱਡੇ ਵੱਡੇ ਦੇ ਠੀਕ ਹੈ ਜੀ
ਬੇਸ ਪਿੱਛੇ ਉਹੀ ਚੱਲਦੇ ਨੇ, ਇਹ ਸਾਰੀਆਂ ਉਹੀ ਨੇ ਮਾਦੀਆਂ ਦੀ। ਪਹਿਲੇ ਫਿੱਕੇ ਨਿਕਲਦੇ ਨੀ ਜੋਨਸ ਰੇਟ ਆ, ਇਹ ਬਾਅਦ ਚ ਜਦੋਂ ਦੂਸਰੇ ਧਾਗੇ ਹੁੰਦੇ ਨਾ ਫਿਰ ਗਾੜੇ ਹੋ ਜਾਂਦੇ ਨੇ, ਕਾਂਟੇ ਪਾਉਂਦੇ ਨੇ, ਖਾਲ ਪਾਉਂਦੇ ਨੇ, ਫਿਰ ਛੱਪਣੇ ਸ਼ੁਰੂ ਹੋ ਜਾਂਦੇ ਨੇ, ਕਾਲੀਆਂ ਦੁਮਾਂ ਗਾੜੇ ਹੋ ਜਾਂਦੇ ਨੇ, ਧਾਗਾ ਪਲਟਦੇ ਜਾਂਦੇ ਨੇ, ਧਾਗਾ ਪਲਟੀ ਜਾਂਦੇ ਨੇ, ਗਾੜੇ ਹੋਈ ਜਾਂਦੇ ਨੇ। ਜਿਹੜੀਆਂ ਅੱਗੇ ਦੋ ਮਾਦੀਆਂ ਦਿਖਾਈਆਂ ਨੇ, ਇੱਕ ਦੀ ਧੀ ਹੈ ਵੇ, ਇੱਕ ਦੀ ਧੀ ਹੈ ਵੇ। ਪਹਿਲਾਂ ਇਸ ਤਰ੍ਹਾਂ ਹੁੰਦੇ ਰਹੇ, ਪਹਿਲੇ ਇਸ ਤਰ੍ਹਾਂ ਹੁੰਦੇ ਆ, ਫਿੱਕੇ ਇੰਨੇ ਇੰਨੇ ਜੋਨਸ ਰਹੇ, ਠੀਕ ਹੈ, ਫਿਰ ਉਹ ਗਾੜੇ ਹੋਣੇ ਸ਼ੁਰੂ ਹੋ ਜਾਂਦੇ। ਮਾਸ਼ਾ ਲਓ ਜੀ, ਅੱਜ ਤੁਹਾਨੂੰ ਸ਼ੌਕ ਕਰਵਾਇਆ ਸੀ ਖਲੀਫਾ ਨੁਮਾਨ ਬੜ ਸਾਹਿਬ ਦਾ, ਸ਼ਿਆਲਪੁਰ ਸ਼ੂਟ ਵਾਲਿਆਂ ਦਾ। ਸਾਨੂੰ ਕਮੈਂਟਸ ਵਗੈਰਾ 'ਚ ਜ਼ਰੂਰ ਤੁਸੀਂ ਦੱਸਣਾ ਕਿ ਕਿਸ ਤਰ੍ਹਾਂ ਦਾ ਲੱਗਾ ਸ਼ੌਕ, ਜਿਹੜੇ ਇਹਨਾਂ ਬਰੀਡਿੰਗ ਵਾਲੇ ਖੁਦ ਬਣਾਏ ਦੇ ਨੇ ਪਰਿੰਦੇ ਕਿਸ ਤਰ੍ਹਾਂ ਦੇ ਨੇ। ਅਤੇ ਇੱਕ ਪਾਰਟ ਪਹਿਲੇ ਵੀ ਚੱਲਿਆ ਸਾਡਾ ਨੈੱਟ ਬੰਦ ਹੋਣ ਦੀ ਵਜ੍ਹਾ ਤੋਂ ਸੀ, ਅਤੇ ਇਹ ਅਸੀਂ ਦੂਸਰਾ ਹਿੱਸਾ ਦਾ ਕੀਤਾ ਹੈ ਦੁਬਾਰਾ ਨਾਲ। ਅਤੇ ਇਹਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਗਰੁੱਪਾਂ ਵਗੈਰਾ ਜਾ ਸਕੇ ਅਤੇ ਦੋਸਤ ਸ਼ੌਕ ਕਰ ਲੈਣ। ਜੂੰ ਜੂੰ ਇਹਨਾਂ ਨੂੰ ਉਮਰ ਵੀ ਚਾਹੀ ਜਾਣਾ, ਦੂਸਰੇ ਧਾਗਾ ਪਲਟਣਾ, ਸਾਰੇ ਗਾੜੇ ਹੋ ਜਾਣੇ, ਗ੍ਰੇ ਸ਼ੇਡ ਆ ਜਾਣਗੇ, ਗ੍ਰੇ ਸ਼ੇਡ ਆ ਜਾਣਗੇ। ਪਹਿਲੇ ਹੱਥ ਇਹਨਾਂ ਦੀਆਂ ਨਾਨੀਆਂ ਵਹਾਈਆਂ ਨੇ ਜੀ। ਅੱਛਾ, ਉਹ ਜਿਹੜੀਆਂ ਪਹਿਲੇ, ਮੇਰਾ ਖਿਆਲ ਹੈ ਨੁਮਾਨ ਭਾਈ ਪਹਿਲੇ ਜਦੋਂ ਪੱਠੇ ਪੱਠੀਆਂ ਆਉਣਗੀਆਂ ਪਹਿਲੇ ਧਾਗੇ ਦੀਆਂ, ਤੇ ਇਸ ਤੋਂ ਵੀ ਫਿੱਕੇ ਹੋਣਗੇ। ਬਿਲਕੁਲ ਬਿਲਕੁਲ ਫਿੱਕੇ ਹੋਣਗੇ, ਬਿਲਕੁਲ ਫਿੱਕੇ ਬਿਲਕੁਲ। ਐ ਵੀ ਸਿਰ ਵੀ ਇਹਦਾ ਫਿੱਕਾ ਹੋਏਗਾ ਨਾ, ਗਾੜਾ ਨਹੀਂ ਹੋਏਗਾ, ਫਿਰ ਆਹਿਸਤਾ ਆਹਿਸਤਾ ਜੂੰ ਜੂੰ ਇੱਥੇ ਛਾਪਾ ਆਉਂਦਾ ਜਾਏਗਾ, ਗਾੜੇ ਹੁੰਦੇ ਜਾਣਗੇ। ਜੀ ਜੀ, ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ। ਆਪਣਾ ਫਿਰ ਪਰ ਚਲਾਇਆ, ਆਪਣਾ ਵਿੱਚ ਕ੍ਰਾਸ ਕੀਤਾ, ਕ੍ਰਾਸ ਕੀਤਾ, ਬਿਲਕੁਲ ਠੀਕ ਹੈ। ਸ਼ੌਕ ਦੇ ਵਿੱਚ ਤੇ ਪੁੱਛਣ ਦੇ ਵਿੱਚ ਕੋਈ ਜਨਾਬ ਤੁਹਾਨੂੰ ਸ਼ਰਮ ਨਹੀਂ ਮਹਿਸੂਸ ਹੋਣੀ ਚਾਹੀਦੀ ਕਿ ਇਹ ਕੀ ਹੈ, ਇਹਦਾ ਕੀ ਮਕਸਦ ਹੈ ਇਸ ਚੀਜ਼ ਦਾ, ਜਾਂ ਇਹਦੀ ਬਣਾਵਟ ਦਾ ਕੀ ਮਕਸਦ ਹੈ। ਬਾਅਦ ਬੰਦੇ ਇਸ ਚੀਜ਼ ਨੂੰ ਇੱਜ਼ਤ ਕਿਸ਼ਤੀ ਬਣਾ ਲੈਂਦੇ ਨੇ, ਸਿੱਖਣਾ ਹੋਏ ਤੇ ਕੋਈ ਵੀ ਚੀਜ਼ ਜਿਹੜੀ ਗੱਲ ਵੱਡੀ ਜਾਂ ਛੋਟੀ ਨਹੀਂ ਹੁੰਦੀ, ਸਿੱਖ ਲੈਂਦਾ ਬੰਦਾ ਜੀ ਜਿਹਦੇ ਸਿੱਖਣਾ ਹੋਏ ਜੀ, ਕੋਈ ਗੱਲ ਛੋਟੀ ਵੱਡੀ ਨਹੀਂ ਹੁੰਦੀ ਸਿੱਖਣ ਦੇ ਵਿੱਚ। ਬਿਲਕੁਲ, ਮੈਂ ਵਾਲੇ ਨਮਾਨ ਭਾਈ, ਮੈਂ ਰੋਜ਼ ਕੋਈ ਸਿੱਖਣਾ, ਮੈਨੂੰ ਤੁਸੀਂ ਇੱਕ ਇੱਕ ਅੱਛੀ ਨਈ ਚੀਜ਼ ਇੱਕ ਸਮਝਣ ਨੂੰ ਮਿਲੀ ਹੈ ਤੁਹਾਡੇ ਕੋਲ, ਉਹਨੂੰ ਅਡਾਪਟ ਕਰਨਾ ਚਾਹੀਦਾ। ਬਿਲਕੁਲ, ਦੇਖੋ ਜੀ ਸਾਡੇ ਸੁਭਾ ਸਲਮ ਨੇ ਫਰਮਾਇਆ 100 ਸਾਲ ਤੱਕ ਜਿਹੜਾ ਨਾ ਬੰਦਾ ਸਿੱਖਦਾ ਹੀ ਰਹਿੰਦਾ, ਬਿਲਕੁਲ ਮਰਨ ਤੱਕ ਕਬਰ ਤੱਕ ਬਹੁਤ ਅੱਛੀ ਪਰਿਵਾਰ ਇਹਨਾਂ ਦੀ, ਔਰ ਹਨੇਰੇ ਚ ਬਹੁਤ ਅੱਛੇ ਬੈਠਦੇ ਨੇ ਜੀ। ਮਾਸ਼ਾਅੱਲਾ, ਬੜੀਆਂ ਜਿੰਨੀਆਂ ਪੱਠੀਆਂ ਨਿਕਲਦੇ
ਆ ਗੋ ਉਹਨਾਂ ਦੇ ਗੋ ਦਿਖਾਇਆ ਹਨ ਬੇਟੀਆਂ ਤੇ ਆ ਹੁਣ ਪੰਜਵੀਂ ਪੀੜ੍ਹੀ ਆ ਪੰਜਵੀਂ ਪੀੜ੍ਹੀ ਆਈ ਹੈ ਮੈਨੇ ਸ਼ੱਕ ਇਹਨਾਂ ਨੂੰ ਉਡਾਓ ਜੋੜੇ ਪਾਓ ਹਰ ਕੰਮ ਕਰਨਗੇ ਇਨਸ਼ਾਅੱਲਾ ਅੱਛਾ ਕਿਉਂਕਿ ਮੇਰੀ ਆਦਤ ਕਿ ਮੈਂ ਸਾਰੇ ਪਹਿਲੇ ਕੋਈ ਅਗਰ ਪੱਠੀ ਪੱਠਾ ਵੀ ਹੈ ਨਾ ਪਹਿਲੇ ਜੋੜੇ ਚੈੱਕ ਕਰਨਾ ਉਡਾਉਣਾ ਅੱਛੇ ਉੱਡਦੇ ਨੇ ਫਿਰ ਹੀ ਮੈਂ ਅੱਗੋਂ ਜੋੜਿਆਂ 'ਚ ਲਿਆਉਣਾ ਅੱਗੋਂ ਉਹ ਵੀ ਅਗਰ ਕੰਮ ਕਰਦੇ ਨੇ ਤਾਂ ਫਿਰ ਮੈਂ ਲਿਆਉਣਾ ਜੋੜਿਆਂ 'ਚ ਫਰਕ ਕੇ ਮੈਂ ਫਿਰ ਲਿਆਉਣਾ ਦੋ ਤਿੰਨ ਝੋਲਾ ਛੱਡਣੇ ਆ ਫਿਰ ਹੀ ਮੈਂ ਜਦੋਂ ਦਾ ਰੋਕਣਾ ਲਓ ਜੀ ਦੋਸਤੋ ਹੁਣ ਸਾਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਜਲਦ ਮੁਲਾਕਾਤ ਹੋਏਗੀ ਅਤੇ ਸ਼ੌਕ ਦਾ ਜ਼ਰੂਰ ਦੱਸਣਾ ਕਮੈਂਟਸ ਦੇ ਵਿੱਚ ਖਲੀਫਾ ਨੁਮਾਨ ਬੜ ਸਾਹਿਬ ਸ਼ਗੀਰਦ ਹਮਾਇਓਂ ਬੜ ਸਾਹਿਬ ਸਿਆਲਕੋਟ ਸਵੀਟ ਵਾਲੇ ਅਤੇ ਖਲੀਫਾ ਨੁਮਾਨ ਬੜ ਸਾਹਿਬ ਵੀ ਸਿਆਲਕੋਟ ਸਵੀਟ ਵਾਲੇ ਨੇ ਠੀਕ ਹੈ ਜੀ ਇਹਨਾਂ ਦੇ ਆਪਣੇ ਘਰ ਦੀਆਂ ਬਰੀਡਾਂ ਨਾਲ ਤਿਆਰ ਕੀਤੀਆਂ ਸਨ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਨੇ ਸ਼ੌਕ ਕਰਾਇਆ ਅਤੇ ਕਮੈਂਟਸ 'ਚ ਜ਼ਰੂਰ ਦੱਸਣਾ ਕਿ ਸਾਡੀ ਇਹ ਕਾਵਿਸ਼ ਕਿਸ ਤਰ੍ਹਾਂ ਦੀ ਲੱਗੀ ਜਾਂ ਖਲੀਫਾ ਨੁਮਾਨ ਬੜ ਸਾਹਿਬ ਨੇ ਜਿਹੜੇ ਬਰੀਡਾਂ ਆਪਣੀਆਂ ਬਣਾਈਆਂ ਨੇ ਇਹ ਕੈਸੀਆਂ ਤੁਹਾਨੂੰ ਲੱਗੀਆਂ ਠੀਕ ਹੈ ਜੀ ਅਤੇ ਖਲੀਫਾ ਸਾਹਿਬ ਵੀ ਜਾਂਦਿਆਂ ਜਾਂਦਿਆਂ ਕੋਈ ਦੋਸਤਾਂ ਨੂੰ ਗੱਲ ਕਹਿ ਦਿਓ ਦੇਖੋ ਜੀ ਕਬੂਤਰ ਜਦੋਂ ਵੀ ਕੋਈ ਲੈਣਾ ਨਾ ਤੁਸੀਂ ਉਹਦੀ ਪਹਿਲੇ ਕਿਸੇ ਬੇਸ ਦੇਖੋ ਕਿ ਕਿਹੜੇ ਖਾਨਦਾਨ 'ਚ ਹੋਵੇ ਕੋਈ ਵੀ ਉਸਤਾਦ ਉਹਨੇ ਅੱਛੀ ਬਰੀਡ ਹੀ ਬਣਾਈ ਹੋਈ ਹੈ ਬਿਲਕੁਲ ਠੀਕ ਹੈ ਨਾ ਪਰਿੰਦੇ 10 ਲੈਣ ਦੀ ਬਜਾਏ ਨੇ 1 ਲਓ 1 ਲੈ ਲਓ ਚੰਗਾ ਲਓ ਹਾਂ ਚੰਗਾ ਲਓ ਉਹਨੂੰ ਹੀ ਅੱਗੋਂ ਚਲਾਓ ਉਹਨੂੰ ਅਗਰ ਤੁਹਾਡੇ ਕੋਲ ਕੋਈ ਘਰ ਅੱਛਾ ਪਰਿੰਦਾ ਉਹਨੂੰ ਉਹਦੇ ਨਾਲ ਚਲਾ ਲਓ ਸ਼ਕਲਾਂ ਨਹੀਂ ਦੇਖਦੀਆਂ ਕਿ ਸ਼ਕਲਾਂ ਲਾਰੀ ਇੱਕੋ ਜਿਹੀਆਂ ਹੋਣ ਸ਼ਕਲਾਂ ਉਹ ਨਿਕਲ ਆਉਂਦੀਆਂ ਨੇ ਵਿੱਚੋਂ ਅਗਰ ਤੁਸੀਂ ਉਹਨੂੰ ਕ੍ਰਾਸ ਬੀਟ 'ਚ ਵੀ ਲਗਾਓ ਉਹਨੂੰ ਅੱਛੇ ਹੀ ਅੱਗੋਂ ਨਿਕਲਣਗੇ ਬਿਲਕੁਲ ਉਹਨੂੰ ਅਗਰ ਚਲਾ ਕੇ ਉਹਨੂੰ ਵਾਪਸ ਕਿਸੇ ਆਪਣੇ ਹੋਰ ਪਰਿੰਦਿਆਂ 'ਚ ਲਗਾਓ ਇੰਝ ਬਰੀਡ ਬਣ ਜਾਂਦੀ ਤੁਹਾਡੇ ਕੋਲ ਇੱਕ ਦਫ਼ਾ ਛੱਡ ਕੇ ਚੈੱਕ ਕਰ ਲਓ ਕਿ ਅੱਛੇ ਉੱਡਦੇ ਨੇ ਉਹਨੂੰ ਅੱਗੋਂ ਚਲਾਈ ਜਾਓ ਮਾਸ਼ਾਅੱਲਾ ਉਹ ਤੁਹਾਡੇ ਕੋਲ ਅੱਲਾ ਪਾਕ ਦੇ ਅਸੀਂ ਬਰਕਤ ਪੈਂਦੀ ਹੈ ਅਤੇ ਬਰਕਤ ਵਾਲਾ ਪਰਿੰਦਾ ਬਿਲਕੁਲ ਉਹ ਇੰਨੀ ਬਰਕਤ ਪੈਂਦੀ ਹੈ ਕਿ ਤੁਸੀਂ ਆਪੀ ਪਰੇਸ਼ਾਨ ਹੋ ਜਾਣਾ ਕਿ ਇੰਨੇ ਪਰਿੰਦੇ ਬਣ ਗਏ ਨੇ ਇੱਕ ਬਰਕ ਨੀਅਤ ਸਾਫ਼ ਰੱਖੋ ਬਸ ਨੀਅਤ ਅੱਛੀ ਹੋਣੀ ਚਾਹੀਦੀ ਨੀਅਤ ਅੱਛੀ ਕਿਸੇ ਨੂੰ ਦਾ ਠੱਗੀ ਨਾ ਲਾਓ ਦਾ ਠੱਗੀ ਨਾ ਲਗਾਓ ਸਾਡੇ ਅਕਸਰ ਕੀ ਕਹੀਏ 90% ਕਬੂਤਰਬਾਜ਼ ਜਿਹੜੇ ਨੇ ਨਾ ਝੂਠ ਬੋਲ ਝੂਠ ਅਤੇ ਦਾ ਹੀ ਹਰ ਬੰਦਾ ਦਾ ਲਗਾਉਂਦਾ ਉਹ ਇਹ ਦੇਖੋ ਇੱਕ ਨਵਾਂ ਬੰਦਾ ਜਦੋਂ ਸ਼ੌਕ ਦੇ ਵਿੱਚ ਹਨ ਹੁਣ ਮਾਸ਼ਾਅੱਲਾ ਬੜਾ ਦੇਖ ਕੇ ਅੱਛਾ ਲੱਗਦਾ ਤੁਹਾਡੇ ਨਾਲ ਦੇ ਬੰਦੇ ਇਸ ਫੀਲਡ ਦੇ ਵਿੱਚ ਆਏ ਨੇ ਨਾ ਮੈਂ ਮਜ਼ਾ ਆਉਂਦਾ ਕਿ ਕੋਈ ਅੱਛੇ ਬੰਦੇ ਵੀ ਯਾਦ ਹੈ ਕਿ ਇਸ ਸ਼ੌਕ ਦੇ ਵਿੱਚ ਹਨ ਹੈ ਸਹੀ ਸਨ ਪਹਿਲੇ ਵੀ ਪਰ ਛੁੱਪ ਛੁੱਪ ਕੇ ਕਰਦੇ ਪਰ ਹੁਣ ਜਦੋਂ ਵੱਡੇ ਬੰਦੇ ਇਨਵੋਲਵ ਹੋਏ ਨੇ ਬੜਾ ਮਜ਼ਾ ਆਉਂਦਾ ਦੇਖ ਕੇ ਗੁਫ਼ਤਗੂ ਉਹਨਾਂ ਦੀ ਉਹਨਾਂ ਨੂੰ ਪਰਖ ਕੇ ਅੱਛਾ ਲੱਗਦਾ ਕਿ ਯਾਰ ਬਾਕੀ ਸਾਡੇ ਸ਼ੌਕ ਸ਼ੁਕਰ ਹੈ ਸ਼ੁਕਰ ਕਰੀਦਾ ਕਿ ਸਾਡੇ ਲਾਈਨ 'ਚ ਵੀ ਕੋਈ ਅੱਛੇ ਬੰਦੇ ਹੈ ਬਹੁਤ ਅੱਛੇ ਬੰਦੇ ਹੈ ਨੇ ਮਗਰ ਪਹਿਲੇ ਜਾਨੀ ਕਿ ਉਹ ਫੇਸਿਸ ਜੈਸਾ ਕਿ ਹੁਣ ਮਾਸ਼ਾਅੱਲਾ ਤੁਸੀਂ ਇੱਕ ਐਜੂਕੇਟਿਡ ਬੰਦੇ ਹੋ ਜੀ ਸਾਡੇ ਇਸ ਸ਼ੌਕ ਮੈਜਾਰਟੀ 'ਚ ਐਜੂਕੇਟਿਡ ਨਹੀਂ ਜੀ ਜੀ ਠੀਕ ਹੈ ਜਿਹਦੀ ਵਜ੍ਹਾ ਤੋਂ ਸ਼ੌਕ ਖਰਾਬ ਹੁੰਦਾ ਰਿਹਾ ਪਹਿਲੇ ਬਿਲਕੁਲ ਕੁਛ ਬਦਤਮੀਜ਼ੀਆਂ ਦੀ ਨਜ਼ਰ ਹੁੰਦਾ ਰਿਹਾ ਕੁਛ ਅਖਲਾਕੀਆਤ ਤੋਂ ਗਿਰ ਕੇ ਹੁੰਦਾ ਰਿਹਾ ਝਗੜੇ ਰਹੇ ਇਹਦੇ ਵਿੱਚ ਇਸ ਸ਼ੌਕ ਦੇ ਵਿੱਚ ਯਾਨੀ ਕਿ ਕਹਿ ਲਓ ਕਿ ਬਦਨਾਮੀ ਹੀ ਤੁਰੀ ਜੀ ਜੀ ਇਸ ਸ਼ੌਕ ਨੂੰ ਬੁਰਾ ਹੀ ਸਮਝਿਆ ਜਾਂਦਾ ਰਿਹਾ ਅਨਐਜੂਕੇਟਿਡ ਹੋਣ ਦੀ ਵਜ੍ਹਾ ਤੋਂ ਬੇਸ਼ੱਕ ਜਦੋਂ ਕੋਈ ਐਜੂਕੇਟਿਡ ਬੰਦੇ ਵਿੱਚ ਐਂਟਰ ਹੋਏ ਨੇ ਅਤੇ ਫਿਰ ਇੱਕ ਸ਼ੌਕ ਦਾ ਨਿਖਾਰ ਵੀ ਆਇਆ ਬਿਲਕੁਲ ਅੱਛੇ ਉਸਤਾਦ ਆਏ ਨੇ ਜੀ ਬਿਲਕੁਲ ਉਹਨਾਂ ਦੇ ਹਾਲਾਤ ਅੱਛੇ ਹਨ ਹੁਣ ਜਿਹੜੇ ਨਾ ਉਹ ਗਾਈਡ ਵੀ ਕਰਦੇ ਨੇ ਉਸਤਾਦ ਅੱਜ ਕੱਲ੍ਹ ਦੇ ਦੇਖਿਆ ਕਿ ਉਹ ਆਪਣੇ ਸ਼ਗੀਰਦਾਂ ਨੂੰ ਗਾਈਡ ਵੀ ਕਰਦੇ ਬਿਲਕੁਲ ਸਿੱਖਣ ਨੂੰ ਵੀ ਦਿੰਦੇ ਨੇ ਸਾਡੇ ਪਹਿਲੇ ਉਸਤਾਦ ਸਾਨੂੰ ਪਤਾ ਨਹੀਂ ਕਿ ਉਹ ਨਾਲ ਹੀ ਲੈ ਗਏ ਨੇ ਸਭ ਕੁਛ ਉਹਨਾਂ ਦੱਸਿਆ ਕੁਛ ਬਿਲਕੁਲ ਇਸ ਤਰ੍ਹਾਂ ਵੀ ਇਸ ਤਰ੍ਹਾਂ ਹੀ ਹੈ ਬਿਲਕੁਲ ਜੀ ਉਹਨਾਂ ਨੇ ਕੋਈ ਬਰੀਡ ਦੇ ਬਾਰੇ 'ਚ ਨਹੀਂ ਦੱਸਿਆ ਉਹਨਾਂ ਨੇ ਕੋਈ ਦਾਣੇ ਪਾਣੀ ਦੇ ਬਾਰੇ 'ਚ ਨਹੀਂ ਦੱਸਿਆ ਕੋਈ ਚੀਜ਼ ਸ਼ੇਅਰ ਨਹੀਂ ਕੀਤੀ ਬਿਲਕੁਲ ਇਹ ਹਕੀਕਤ ਤੁਸੀਂ ਇਤਬਾਹ ਕਰੋਗੇ ਇਸ ਗੱਲ 'ਤੇ ਕਿ ਉਹ ਹੁਣ ਦੇ ਉਸਤਾਦ ਬਹੁਤ ਅੱਛੇ ਨੇ ਬਿਲਕੁਲ ਮੈਂ ਨਾਮ ਲਵਾਂਗਾ ਜਿਵੇਂ ਉਸਤਾਦ ਆਸ਼ਿਕ ਹੁਸੈਨ ਸਾਹਿਬ ਨੇ ਉਸਤਾਦ ਮੋਇਨ ਸਾਹਿਬ ਨੇ ਉਸਤਾਦ ਮਾਹੀਓ ਸਾਹਿਬ ਨੇ ਉਸਤਾਦ ਬਖੀਰ ਮਾਸ਼ਾਅੱਲਾ ਕਿਆ ਬਿਲਕੁਲ ਬੜੀ ਅੱਛੀ ਪੋਸਟ ਦੇ ਨੇ ਤੇ ਫਿਰ ਵੀ ਅਖਲਾਕ ਬੜਾ ਅੱਛਾ ਕਿੰਨਾ ਸ਼ੋਅ ਕਰਦੇ ਨੇ ਦੋਸਤਾਂ ਨੂੰ ਉਹ ਹਰ ਚੀਜ਼ ਹਰ ਉਹ ਨਹੀਂ ਦੇਖਦੇ ਮੁਹਾਲਫ ਉਹ ਦੱਸਦੇ ਨੇ ਹਰ ਚੀਜ਼ ਬਤਾਉਂਦੇ ਨੇ ਕਿ ਇਹ ਪਰਿੰਦਾ ਐਸੇ ਹੋਣਾ ਚਾਹੀਏ ਇਹ ਐਸੇ ਹੋਣਾ ਚਾਹੀਏ ਇਸ ਤਰ੍ਹਾਂ ਹੋਣਾ ਯਾਨੀ ਕਿ ਉਹ ਦੇਖਦੇ ਨਹੀਂ ਹੈ ਕਿ ਉਹ ਇਹ ਮਾਲਵ ਬੰਦਾ ਕਿ ਇਸਕੋ ਨਾ ਪਤਾ ਨਹੀਂ ਉਹਨੂੰ ਨਾ ਸ਼ੇਅਰ ਕਰਨੀ ਹੈ ਹਰ ਵਾਰ ਮੈਂ ਉਹਨਾਂ ਸਾਥ ਕਾਫੀ ਮੁਲਾਕਾਤਾਂ ਹੋਈਆਂ ਉਹਨਾਂ ਨੇ ਹਰ ਚੀਜ਼ ਅੱਛੀ ਚੀਜ਼ ਹੀ ਬਤਾਈ ਹੈ ਕਿ ਪਰਿੰਦਾ ਕੈਸੇ ਹੋਣਾ ਚਾਹੀਏ ਕਿਸ ਤਰ੍ਹਾਂ ਹੋਣਾ ਚਾਹੀਏ ਦੇਖੇ ਨੇ ਸਿੱਖਦਾ ਇਹ ਬੰਦਾ ਇਸ ਮਾਸ਼ਾਅੱਲਾ ਉਹਨਾਂ ਨੇ ਪੂਰੀ ਦੁਨੀਆ ਮੇਂ ਕਬੂਤਰ ਦੇਖੇ ਆ ਪੂਰੀ ਦੁਨੀਆ ਮੇਂ ਉਹ ਫਿਰੇ ਆ ਬਿਲਕੁਲ ਉਨਕੋ ਨਹੀਂ ਪਤਾ ਫਿਰ ਕਿਸ ਕੋ ਪਤਾ ਜੀ ਬਿਲਕੁਲ ਠੀਕ ਹੈ ਨਾ ਤਾਂ ਉਹ ਸਿੱਖਣਾ ਚਾਹੀਏ ਯਾਨੀ ਕਿ ਉਹ ਹਬੀ ਹਮ ਬਾਤ ਕਰ ਰਹੇ ਥੇ ਪਰ ਕੀ ਹੈ ਉਹ ਪਰ ਪਕੜਾਇਆ ਕਿਸੇ ਕੋ ਉਸਨੇ ਫੈਂਕ ਦਿਆ ਯਾਰ ਪਰ ਸਹੀ ਸਿੱਖ ਲਓ
ਇੱਕ ਪਰਸ ਹੀ ਸਿੱਖੋ ਨਾ ਪਰ ਅੰਦਰ ਮੇਰਾ ਖਿਆਲ ਨਾਲ ਨੁਮਾਨ ਵੀ ਇੰਨਾ ਸਟੈਮਿਨਾ ਵੀ ਹੋਣਾ ਚਾਹੀਦਾ ਕਿ ਉਸਤਾਦ ਜੇ ਕੋਈ ਗੱਲ ਸਿਖਾਉਣ ਵਾਸਤੇ ਕਹਿੰਦਾ ਤਾਂ ਉਹਨੂੰ ਸਿੱਖੋ ਨਾ ਕਿ ਅੱਗੋਂ ਤਲਖੀ ਚੱਕ ਮੈਂ ਅਸੀਂ ਕੀ ਕਰਨਾ ਭਰ ਨੂੰ ਆਪਾਂ ਅਸੀਂ ਕੀ ਕਰਨਾ ਭਰ ਨੂੰ ਬਿਲਕੁਲ ਜੀ ਸਾਨੂੰ ਸਿਖਾਉਣੀ ਤਾਂ ਨੁਸਖਾ ਸਿਖਾ ਜਿਹੜਾ ਰਗੜਨਾ ਉਹ ਤਾਂ ਇਹ ਹੀ ਸ਼ਗਿਰਦ ਦਾ ਦੇਣ ਬਿਲਕੁਲ ਸ਼ਗਿਰਦ ਦਾ ਦੇਣ ਹੀ ਆਉਂਦਾ ਮੈਂ ਨੁਸਖਾ ਲਾਵਾਂ ਮੈਂ ਉਸਤਾਦ ਅੱਲਾ ਹਾਫਿਜ਼ ਬਾ ਠੀਕ ਹੈ ਤੂੰ ਆਪਣੇ ਰਾਏ ਤੇ ਮੈਂ ਆਪਣੇ ਰਾਏ ਇਹ ਵੀ ਨਹੀਂ ਹੋਣਾ ਚਾਹੀਦਾ ਉਹ ਮੈਂ ਅਕਸਰ ਨਾ ਦੋਸਤਾਂ ਨੂੰ ਗੱਲ ਸੁਣਾਉਂਦਾ ਹੁੰਦਾ ਮੈਂ ਕਿ ਕਹਣਾ ਅੱਜ ਤੋਂ ਕੋਈ 15-20 ਸਾਲ ਪਹਿਲਾਂ ਇੱਕ ਸਟੇਜ ਡਰਾਮਾ ਸੀ ਉਹਦੇ 'ਚ ਬੱਬੂ ਬਰਾਲ ਦਾ ਕਰੈਕਟਰ ਹੋਇਆ ਤਾ ਸ਼ਗਿਰਦ ਵਾਲਾ ਜੀ ਇੱਕ ਬੰਦਾ ਦਾ ਉਸਤਾਦ ਬੰਦਾ ਕਹਿੰਦਾ ਉਸਤਾਦ ਜੀ ਕਿੱਥੋਂ ਆਏ ਹੋ ਇੰਨੇ ਦੇਰ ਬਾਅਦ ਕਿੱਥੋਂ ਕਹਿੰਦਾ ਕਿ ਪੁੱਤਰ ਅੰਦਰ ਹੋ ਗਿਆ ਸਾਂ ਜੇਲ੍ਹ ਦੇ ਵਿੱਚ ਉਹਨੇ ਕਿਹਾ ਜੇਲ੍ਹ 'ਚ ਉਸਤਾਦ ਜੀ ਅੱਛਾ ਕੀ ਕੁਝ ਸਿੱਖਿਆ ਉੱਥੋਂ ਕਹਿੰਦਾ ਉੱਥੇ ਇੱਕ ਕੈਦੀ ਸੀ ਮਰਨ ਵਾਲਾ ਉਹ ਮਰ ਚੱਲਾ ਸੀ ਤਾਂ ਉਹਨੇ ਕਿਹਾ ਮੇਰੇ ਕੋਲ ਇੱਕ ਮੰਤਰ ਹੀ ਉਹ ਮੰਤਰ ਸਿੱਖ ਲੈ ਅਤੇ ਮੈਂ ਉਹ ਮੰਤਰ ਕੁਝ ਸਿੱਖ ਲਿਆ ਅਤੇ ਮੈਂ ਜਾਂਦਾ ਰਾਤੀ ਮੰਤਰ ਪੜ੍ਹਨਾ ਕਬਰਸਤਾਨ 'ਚ ਮੁਰਦਾ ਠਾਣਾ ਵਾਂ ਉਹਦਾ ਕਫਨ ਲਾਨਾ ਫਿਰ ਮੰਤਰ ਪੜ੍ਹਨਾ ਮੁਰਦਾ ਦਫਾ ਕੇ ਮੈਂ ਵਾਪਸ ਆ ਜਾਂਦਾ ਅਤੇ ਕਫਨ ਵੇਚਣਾ ਬੜੀ ਜਾਸ਼ੀ ਲੰਘਦੀ ਹੈ ਬਈ ਉਹ ਬੱਬੂ ਭਰਾ ਲੈਂਦਾ ਵਿਹਲਾ ਬਣਿਆ ਦਾ ਉਹਦੇ ਵਿੱਚ ਉਹਦੀ ਬੁੱਢੀ ਕਹਿੰਦੀ ਹੈ ਤੂੰ ਆਪਣੇ ਉਸਤਾਦ ਕੋਲੋਂ ਫਾਨੀ ਸਿੱਖ ਲੈ ਕਹਿੰਦਾ ਆਪਣੇ ਉਸਤਾਦ ਨਾਲ ਜਾਇਆ ਕਰ ਪਹਿਲਾਂ ਕਹਿੰਦੀ ਉਸਤਾਦ ਨਾਲ ਜਾਇਆ ਕਰ ਉਸਤਾਦ ਹੋਰਾਂ ਨਾਲ ਜਾਂਦਾ 2-4 ਦਿਨ ਹਫ਼ਤਾ ਲਾਉਂਦਾ ਕਹਿੰਦਾ ਉਸਤਾਦ ਜੀ ਕਹਿੰਦੀ ਹੁਣ ਤੂੰ ਉਸਤਾਦ ਕੋਲ ਮੰਤਰ ਸਿੱਖ ਲੈ ਕਹਿੰਦਾ ਉਸਤਾਦ ਜੀ ਮੈਨੂੰ ਤੁਸੀਂ ਮੰਤਰ ਨਹੀਂ ਸਿਖਾ ਦਿੰਦੇ ਕਹਿੰਦਾ ਪੁੱਤਰ ਇਹ ਮੈਨੂੰ ਜਿਹਨੇ ਸਿਖਾਇਆ ਉਹਨੇ ਕਿਹਾ ਸੀ ਜਦੋਂ ਮਰਨ ਲੱਗੇਗਾ ਨਾ ਤੂੰ ਉਦੋਂ ਸਿਖਾਉਣਾ ਕਹਿੰਦਾ ਉਸਤਾਦ ਜੀ ਤੁਸੀਂ ਮਰਨਾ ਕਿਦੋਂ ਵੇ ਮੰਤਰ ਕਹਿੰਦਾ ਮਰਨਾ ਕਿਦੋਂ ਜੇ ਕਹਿੰਦਾ ਤੂੰ ਏਡਾ ਕਾਲਾ ਕਹਿੰਦਾ ਚੱਲ ਆ ਪੁੱਤਰ ਮਰ ਤੇ ਕਿਹੜੇ ਜਾਣਾ ਤੈਨੂੰ ਮੈਂ ਸਿਖਾ ਆਈਦਾ ਉਹਨੂੰ ਮੰਤਰ ਸਿਖਾਉਂਦਾ ਅਗਲੇ ਦਿਹਾੜੇ ਉਹ ਘਰ ਆਉਂਦਾ ਅਤੇ ਉਹਦੀ ਬੁੱਢੀ ਕਹਿੰਦੀ ਉਸਤਾਦ ਜੀ ਉਹ ਤਾਂ ਘਰ ਨਹੀਂ ਕਹਿੰਦਾ ਪੁੱਤਰ ਉਹ ਘਰ ਨਹੀਂ ਘਰ ਤਾਂ ਸਾਡਾ ਆਪਣਾ ਨਾ ਤੂੰ ਮੇਰੀ ਧੀ ਹੈ ਘਰ ਤਾਂ ਮੈਂ ਕਹਿੰਦੀ ਨਹੀਂ ਉਸਤਾਦ ਜੀ ਉਹਨੇ ਆਖਿਆ ਸੀ ਕਿ ਕੋਈ ਵੀ ਬੰਦਾ ਆਏ ਨਾ ਤੈਨੂੰ ਘਰ ਨਹੀਂ ਵਾੜਨਾ ਕਿਹਾ ਪੁੱਤਰ ਮੈਂ ਤਾਂ ਉਹਦਾ ਉਸਤਾਦ ਹਾਂ ਪਿਓਾਂ ਥਾਵਾਂ ਕਹਿੰਦੀ ਉਸਤਾਦ ਜੀ ਉਹਨੇ ਆਖਿਆ ਸੀ ਕਿ ਉਸਤਾਦ ਰਿਵੀਆਂ ਤਾਂ ਘਰ ਨਹੀਂ ਵਾੜਨਾ ਕਹਿੰਦਾ ਅੱਛਾ ਟੁੱਟ ਜਾਂਦਾ ਦਿਲ ਬਰਦਾਸ਼ਤਾ ਹੋ ਕੇ ਉਹ ਬੱਬੂ ਬਰਾਲ ਰਾਤੀ ਆ ਜਾਂਦਾ ਕਹਿੰਦੀ ਬੜੀ ਦੇਰ ਹੋ ਗਈ ਵਾਪਸ ਨਹੀਂ ਆਇਆ ਤੂੰ ਬਾਬਾ ਆਉਂਦਾ ਘਬਰਾਇਆ ਹੋਇਆ ਰੌਲਾ ਪਾਈ ਤੈਨੂੰ ਕਹਿੰਦੀ ਹੋਇਆ ਕੀ ਹੈ ਕਹਿੰਦਾ ਹੋਇਆ ਵਿਆ ਕਿ ਜੋ ਉਸਤਾਦ ਹੋਰਾਂ ਮੈਨੂੰ ਮੰਤਰ ਸਿਖਾਇਆ ਸੀ ਨਾ ਮੁਰਦਾ ਮੈਂ ਠਾ ਲਿਆ ਕਿਹੜੇ ਪ੍ਰਿੰਦ ਨੂੰ ਕਿਸ ਤਰ੍ਹਾਂ ਲਾਣਾ ਉਹ ਵੀ ਸਿੱਖਣਾ ਪੈਂਦਾ ਉਹਦੇ ਵਾਸਤੇ ਟਾਈਮ ਭੰਨਾ ਪੈਂਦਾ ਤੇ ਸਾਡੇ ਜਿਹੜੇ ਨੇ ਉਹ ਕਹਿੰਦੇ ਕਾਲੇ ਚ ਬਸ ਨੁਸਖਾ ਲਵੋ ਤੇ ਨਿਕਲੀਏ ਜੀ ਮਾਂ ਬਈਆ ਕੀ ਚੀਜ਼ ਇਹ ਮੀਆਂ ਸਾਹਿਬ ਦੇ ਨੇ ਦੱਬ ਵਾਲੇ ਕਬੂਤਰ ਜਿਨ੍ਹਾਂ ਨੂੰ ਰਹੀਨੋ ਬਰੀਡ ਕਹਿੰਦੇ ਅੱਛਾ ਰਹੀਨੋ ਬਰੀਡ ਸੀ ਇਹਨਾਂ ਦੇ ਹਾਲ ਲਾਲ ਪਰੀ ਬਰੀਡ ਠੀਕ ਹੈ ਆ ਅੱਜ ਪਹਿਲੇ ਹੀਨੋ ਕਹਿੰਦੇ ਹਨ ਹੁਣ ਲਾਲ ਪਰੀ ਪਹਿਲਾਂ ਹੀਨੋ ਸਾਨੂੰ ਹਾਂਜੀ ਇਹ ਮੀਆਂ ਸਾਹਿਬ ਦੇ ਘਰੋਂ ਹੀ ਆਇਆ ਹੈ ਇਹ ਉਹਨਾਂ ਦੀ ਕੜੀ ਵੀ ਪਈ ਹੋਈ ਹੈ ਅੱਛਾ ਮੀਆਂ ਸਾਹਿਬ ਦੀ ਨਿਸ਼ਾਨੀ ਹੈ ਜੀ ਬੜਾ ਅੱਛਾ ਕੀਤਾ ਮੇਰੇ ਇਲਮ ਚ ਇਜ਼ਾਫਾ ਕੀਤਾ ਤੁਸੀਂ ਕਿ ਇਹ ਮੀਆਂ ਸਾਹਿਬ ਵਾਲੀ ਨਿਸ਼ਾਨੀ ਮੀਆਂ ਸਾਹਿਬ ਦੀ ਨਿਸ਼ਾਨੀ ਠੀਕ ਹੈ ਮੀਆਂ ਸਾਹਿਬ ਦੇ ਹੱਥ ਚੋਂ ਮੈਂ ਮਾਸ਼ਾਅੱਲਾ ਲਿਆ ਆਇਆ ਜੀ ਕਬੂਤਰ ਇਹ ਮੈਨੂੰ ਉਹਨਾਂ ਨੇ ਗਿਫਟ ਕੀਤਾ ਸੀ ਅੱਲਾ ਉਹਨਾਂ ਨੂੰ ਕਰਵਟ ਜੰਨਤ ਨਸੀਬ ਕਰੇ ਬਹੁਤ ਅੱਛੇ ਇਨਸਾਨ ਸਨ ਕਿਆ ਬਾਤ ਹੈ ਇਹਨਾਂ ਦੀ ਉਹਨਾਂ ਕਿਹਾ ਬੇਟਾ ਜੀ ਇਹ ਕਬੂਤਰ ਲੈ ਜਾਓ ਅਤੇ ਮਜ਼ਾ ਆਏਗਾ ਤੁਹਾਨੂੰ ਨਹੀਂ ਮਾਸ਼ਾਅੱਲਾ ਚੀਜ਼ ਬੜੀ ਅੱਛੀ ਬਣ ਗਈ ਇਹ ਜਿਹੜੇ ਲਾਲ ਪਰੀ ਨੇ ਅੱਛਾ ਇਹ ਲਾਲ ਪਰੀ ਨੇ ਜੀ ਮਗਰ ਮੈਂ ਸਮਝਣਾ ਸੀ ਜੇ ਲਾਲ ਪਰੀ ਨੇ ਉਹਨਾਂ ਨੂੰ ਲਾਲ ਦਾਗ ਵੀ ਆਏਗਾ ਮਗਰ ਲਾਲ ਦਾਗ ਕੋ ਨਹੀਂ ਇਹਨਾਂ ਚਾਹੁੰਦਾ ਵੈਸੇ ਹੀ ਇੱਕ ਨਾਮ ਰੱਖ ਲੈ ਉਹ ਜਿਹੜਾ ਲਾਲ ਪਰੀ ਉੱਡਿਆ ਸੀ ਨਾ ਉਹਨੂੰ ਐ ਵੀ ਹਲਕਾ ਜਿਹਾ ਨਾ ਕਿਧਰੇ ਇੱਕ ਦਾਗ ਸੀ ਠੀਕ ਹੈ ਠੀਕ ਉਹ ਲਾਲ ਪਰੀ ਦਾ ਨਾਂ ਤੋਂ ਨਾ ਲਾਲ ਪਰੀ ਪਰਿੰਦੇ ਦੀ ਬ੍ਰਿਜ ਸਾਂ ਸੀ ਗੱਲ ਕਰ ਰਹੇ ਸੀਗੇ ਇੱਕ ਪਰਿੰਦਾ ਕਿਧਰੇ ਜਾਂਦਾ ਫਿਰ ਉਹਦਾ ਨਾਂ ਕੀ ਚੱਲਦਾ ਨਾਮ ਚੱਲ ਜਾਂਦਾ ਠੀਕ ਹੋ ਗਿਆ ਬੇਸਿਕਲੀ ਇਹ ਡੱਬਾ ਦੀ ਕਬੂਤਰ ਸਨ ਜੀ ਜੀ ਤੋਂ ਇਹਨਾਂ ਨੂੰ ਲਾਲ ਇੱਕ ਕਬੂਤਰ ਨੇ ਕਿਸ ਕੋਈ ਇੰਜ ਦਾਗ ਕੱਢ ਲਿਆ ਜਿਸ ਤਰ੍ਹਾਂ ਐਨ ਹਲਕਾ ਜਿਹਾ ਦਾਗ ਹੈ ਹਲਕਾ ਜਿਹਾ ਦਾਗ ਹੈ ਇਹਨੂੰ ਵੀ ਤੇ ਉਹ ਐਵੇਂ ਉਹਨੂੰ ਜਰਾ ਬਾਜਿਆ ਲਾਲ ਦਾਗ ਸੀ ਉਹ ਚੇਅਰਮੈਨ ਸਾਹਿਬ ਦੀ ਛੱਤ ਤੇ ਉੱਡਿਆ ਉਹਨੂੰ ਲਾਲ ਪਰੀ ਨਾਮ ਪੈ ਠੀਕ ਹੈ ਉਹ ਇਸ ਲਈ ਉਹ ਲਾਲ ਪਰੀ ਮਸ਼ਹੂਰ ਹੋ ਪਰ ਬੇਸਿਕਲੀ ਆ ਪਹਿਲੇ ਜਦੋਂ ਅਸੀਂ 98-97 ਵਿੱਚ ਹਨ ਇਹ ਹੀਨੋ ਬਰੀਡ ਉਹਨਾਂ ਨੂੰ ਕਹਿੰਦੇ ਹੀਨੋ ਬਰੀਡ ਸੀ ਹੀਨੋ ਕਹਿੰਦੇ ਠੀਕ ਹੈ ਉਸ ਤੋਂ ਬਾਅਦ ਫਿਰ ਉਹਨਾਂ ਉਹਦੇ ਚੋਂ ਲਾਲ ਪਰੀ ਕੱਢੇ ਠੀਕ ਹੈ ਅੱਗੋਂ ਬਰੀਡ ਬਣਾਈ ਬੇਸ ਪਿੱਛੇ ਜਿਹੜੀ ਹੈ ਨਾ ਡੱਬਾ ਲਈ ਹੈ ਕਬੂਤਰ ਠੀਕ ਹੈ ਲਓ ਜੀ ਦੋਸਤੋ ਕਾਫੀ ਗੱਲਾਂ ਹੋ ਗਈਆਂ ਕਾਫੀ ਬਾਤਾਂ ਕਾਫੀ ਟਾਈਮ ਸਪੈਂਡ ਕੀਤਾ ਸੀ ਨੁਮਾਨ ਭੱਟ ਸਾਹਿਬ ਨਾਲ ਅਤੇ ਮਜ਼ਾ ਆਇਆ ਤੁਹਾਨੂੰ ਵੀ ਉਮੀਦ ਹੈ ਮਜ਼ਾ ਆਇਆ ਹੋਏਗਾ ਸ਼ੌਕ ਦਾ ਅਤੇ ਨੁਮਾਨ ਭੱਟ ਸਾਹਿਬ ਦੀਆਂ ਗੱਲਾਂ ਦਾ ਵੀ ਅਤੇ ਸਾਡੀਆਂ ਗੱਲਾਂ ਦਾ ਵੀ ਹਾਸੇ ਮਜ਼ਾਕ ਚੱਲਦਾ ਹੀ ਰਹਿੰਦਾ ਚਲੋ ਜੀ ਸਾਨੂੰ ਨੁਮਾਨ ਬਾਈ ਦਰਾਜ ਚਲੋ ਜੀ ਇਜਾਜ਼ਤ ਦਿਓ ਸਾਨੂੰ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇਨਸ਼ਾਅੱਲਾ ਅਤੇ ਇਜਾਜ਼ਤ ਦਿਓ ਕੀ ਲੈ ਲਈਏ ਸ਼ਗਿਰਦ ਨੂੰ ਵੀ ਲੈ ਲਓ ਜੀ ਆਓ ਪਿੱਛੇ ਉਹ ਸਾਡੇ ਕੈਮਰੇ ਦਾ ਵਿਊ ਘੱਟ ਹੈ ਪਤਾ ਨਹੀਂ ਕੀ ਇਹਨਾਂ ਦਾ ਮਸਲਾ ਨਹੀਂ ਉਹ ਵਿਊ ਠੀਕ ਹੈ ਬਿਲਕੁਲ ਵੈਸੇ ਤਾਂ ਰੋਸ਼ਨੀ ਪੈ ਰਹੀ ਲਓ ਜੀ ਸਾਨੂੰ ਇਜਾਜ਼ਤ ਦਿਓ ਹੁਣ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਜੀ ਅੱਲਾ ਹਾਫਿਜ਼ ਤੇ ਰੱਬ ਰੱਖਾ ਜੀ ਅਸਲਾਮੁਅਲੈਕਮ।